ਪਰ ਸਤਿਕਾਰ ਗੁਰੂ ਸਵਾਰੀ ਸਤਸੰਗ ਜੀ ਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਬੜੇ ਭਾਗਾਂ ਵਾਲੇ ਹੋ ਕਿਉਂਕਿ ਚੌਥਾ ਦਿਨ ਹੈ ਕੈਂਪ ਦਾ। ਚਾਰ ਦਿਨ ਤੋਂ ਤੁਸੀਂ ਨਾਮ ਬਾਣੀ ਨਾਲ ਜੁੜੇ ਬੈਠੇ ਹੋ। ਮੈਨੂੰ ਪੂਰਾ ਯਕੀਨ ਹੈ ਕਿ ਜਿਹੜੇ ਵੀਰ ਭੈਣਾਂ ਨੇ ਉਤਸ਼ਾਹ ਨਾਲ ਬਾਣੀ ਜਪੀ ਗਾਈ ਹੋਏਗੀ ਉਹਨਾਂ ਦੀਆਂ ਤਕਲੀਫਾਂ ਦੂਰ ਹੋ ਗਈਆਂ ਹੋਣਗੀਆਂ, ਕਿਉਂਕਿ ਤਕਲੀਫਾਂ ਨਾ ਦੂਰ ਹੋਣਾ ਪੋਸੀਬਲ ਨਹੀਂ, ਕਿਉਂਕਿ ਗੁਰਬਾਣੀ ਦੇ ਬਚਨ ਅਟਲ ਹਨ, ਸਦਾ ਸੱਚ, ਸਦਾ ਵਾਸਤੇ ਸੱਚ ਹਨ। ਕਿਸੇ ਵੀ ਸਿਚੁਏਸ਼ਨ, ਕਿਸੇ ਵੀ ਸਰਕਮਸਟਾਂਸਿਸ ਦੇ ਵਿੱਚ ਉਹ ਝੂਠੇ ਨਹੀਂ ਹੋ ਸਕਦੇ, ਕਿਉਂਕਿ ਗੁਰਬਾਣੀਆਂ ਤੋਂ ਜੁੜੇ ਹੋ। ਪਿਛਲੇ ਚਾਰ ਦਿਨ ਤੋਂ ਤੁਹਾਡੀਆਂ ਤਕਲੀਫਾਂ 'ਚ ਜ਼ਰੂਰ ਫਰਕ ਪਿਆ ਹੋਣਾ, ਜ਼ਰੂਰ ਤੁਹਾਨੂੰ ਰਿਲੀਫ ਮਿਲਿਆ ਹੋਇਆ। ਅੱਜ ਜੋ ਮੈਂ ਵਿਚਾਰ ਕਰਕੇ ਆਇਆ ਕਿ ਮੈਂ ਜੋ ਵਿਚਾਰ ਆਪ ਜੀ ਨੇ ਸਾਂਝੇ ਕਰਨੇ ਹੈ ਉਹ ਵਿਸ਼ਾ ਮੇਰਾ ਹੋਏਗਾ ਗੁਰਮਤਿ ਭਗਤੀ। ਉਹਦੇ ਵਿੱਚ ਹੀ ਰੋਗਾਂ ਦੀ ਨਿਵਿਰਤੀ, ਤਕਲੀਫਾਂ ਦੀ ਨਿਵਿਰਤੀ ਆਪਣੇ ਆਪ ਹੀ ਆ ਜਾਂਦੀ। ਮੇਰੇ ਮਨ 'ਚ ਇਹ ਸਵਾਲ ਜ਼ਰੂਰ ਰਹਿੰਦਾ ਹੈ ਕਿ ਜਿਹੜਾ ਵੀਰ, ਗੁਰਸਿੱਖ ਵੀਰ ਜਾਂ ਭੈਣ ਗੁਰਬਾਣੀ 'ਤੇ ਚੱਲਣ ਦਾ ਯਤਨ ਕਰਦੀ ਹੈ ਜਾਂ ਕਰਦੇ ਹਨ ਉਹਨਾਂ ਦਾ ਬਿਮਾਰੀ ਦਾ ਮਸਲਾ ਜਲਦੀ ਹੱਲ ਹੋ ਜਾਣਾ ਚਾਹੀਦਾ, ਰਹਿਣਾ ਨਹੀਂ ਚਾਹੀਦਾ, ਬਿਮਾਰੀ ਰਹਿਣੀ ਨਹੀਂ ਚਾਹੀਦੀ। ਜੋ ਹੁਣ ਤੱਕ ਮੈਂ ਸਿੱਖਿਆ ਗੁਰਬਾਣੀ ਤੋਂ ਲਈ ਹੈ, ਅਗਰ ਉਹ ਸਿੱਖਿਆ ਮੈਨੂੰ ਬਚਪਨ 'ਚ ਮਿਲ ਜਾਂਦੀ ਤਾਂ ਮੈਨੂੰ ਵੀ ਬਿਮਾਰੀ ਫੇਸ ਕਰਨੀ ਨਹੀਂ ਸੀ ਪੈਣੀ। ਇਸ ਵਾਸਤੇ ਮੈਂ ਇਹ ਵਿਸ਼ਾ ਗੁਰਮਤਿ ਭਗਤੀ ਦਾ, ਜੋ ਮੇਰੇ ਵਿਚਾਰ ਨੇ ਉਹਨਾਂ ਗੁਰਮਤਿ ਭਗਤੀ ਬਾਰੇ ਉਹ ਆਪ ਜੀ ਨਾਲ ਸਾਂਝੇ ਕਰਾਂਗਾ। ਰੋਗਾਂ ਬਾਰੇ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਵੀਰ ਭੈਣ ਚਾਰ ਪੰਜ ਘੰਟੇ ਚਾਹ ਨਾਲ ਵਾਹਿਗੁਰੂ ਸ਼ਬਦ ਨੂੰ ਬੋਲ ਲਏਗਾ ਉਹਦੇ ਕੋਈ ਰੋਗ ਨਹੀਂ ਰਹਿਣਾ ਚਾਹੀਦਾ, ਸਾਰੇ ਰੋਗ ਉਹਦੇ ਨਸ਼ਟ ਹੋ ਜਾਣੇ ਚਾਹੀਦੇ ਹਨ। ਸੋ ਸਾਡੀ ਗੁਰਮਤਿ ਭਗਤੀ ਚਾਓ ਭਗਤੀ ਹੈ, ਚਾਓ ਤਦ ਹੀ ਆਏਗਾ ਜੇ ਅਸੀਂ ਦੁੱਖ ਸੁੱਖ ਨੂੰ ਸਮਾਨ ਕਰਕੇ ਸਮਝਾਂਗੇ। ਚਾਓ ਤਦ ਹੀ ਆਏਗਾ ਜੇ ਅਸੀਂ ਮਾਨ ਅਪਮਾਨ ਨੂੰ ਸਮਾਨ ਸਮਝਾਂਗੇ। ਚਾਓ ਤਦ ਹੀ ਆਏਗਾ ਅਗਰ ਅਸੀਂ ਨਫੇ ਔਰ ਘਾਟੇ ਨੂੰ ਸਮਾਨ ਸਮਝਾਂਗੇ। ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਕਿਸੇ ਨੂੰ ਕੋਈ ਦੁੱਖ ਹੁੰਦਾ, ਕਿਸੇ ਨੂੰ ਕੋਈ ਦੁੱਖ ਹੁੰਦਾ, ਕਈ ਤਰ੍ਹਾਂ ਦੇ ਦੁੱਖ ਨੇ। ਪਰਮੇਸ਼ੁਰ ਦੀ ਲੀਲਾ ਐਸੀ ਹੈ ਕਿ ਹਰ ਵੀਰ ਭੈਣ ਨੂੰ ਕੋਈ ਨਾ ਕੋਈ ਦੁੱਖ ਹੁੰਦਾ ਹੀ ਹੈ।
ਜੇ ਦੁੱਖ ਵਿੱਚ ਗੁਲਤਾਨ ਹੋ ਜਾਵਾਂਗੇ ਤਾਂ ਚਾਓ ਨਹੀਂ ਆਏਗਾ। ਇੱਦਾਂ ਹੀ ਅਪਮਾਨ ਹਰ ਇੱਕ ਦਾ ਹੋਣਾ। ਕਿੰਨੇ ਚੰਗੇ ਇਨਸਾਨ ਬਣ ਜਾਓ ਤੁਸੀਂ, ਤੁਹਾਡੇ ਕ੍ਰਿਟਿਕ ਵੀ ਹੋਣਗੇ, ਤੁਹਾਡੇ ਦੁਸ਼ਮਣ ਵੀ ਹੋਣਗੇ, ਤੁਹਾਡੇ ਨਾਲ ਜੈਲਸੀ ਕਰਨ ਵਾਲੇ ਵੀ ਹੋਣਗੇ। ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡਣੀ ਤੁਹਾਨੂੰ ਬਦਨਾਮ ਕਰਨ ਦੀ, ਅਤੇ ਫਿਰ ਵੀ ਚਾਓ ਨਹੀਂ ਆਉਣ ਲੱਗਾ ਜੇ ਤੁਸੀਂ ਅਪਮਾਨ ਤੋਂ ਡਰੋਗੇ। ਇਹਦੇ ਨਫ਼ਾ ਘਾਟਾ ਨਫ਼ਾ ਵੀ ਹੋਣਾ, ਘਾਟਾ ਵੀ ਪੈਣਾ ਜੇ ਬਿਜ਼ਨਸ ਹੈਗਾ। ਜੇ ਨੌਕਰੀ ਕਰਨੀ ਹੈ ਤਾਂ ਬੌਸ ਚੰਗਾ ਵੀ ਮਿਲ ਜਾਏਗਾ, ਕਦੇ ਬੌਸ ਮਾੜਾ ਵੀ ਮਿਲ ਜਾਏਗਾ, ਉਹ ਘਾਟੇ ਵਾਲੀ ਗੱਲ ਹੋ ਗਈ। ਉੱਥੇ ਵੀ ਅਗਰ ਅਸੀਂ ਮਨ ਨੂੰ ਲਾ ਲਈ ਗੱਲ ਤਾਂ ਫਿਰ ਚਾਓ ਨਹੀਂ ਰਹੇਗਾ। ਸੋ ਸਾਡੀ ਗੁਰਮਤਿ ਭਗਤੀ ਚਾਓ ਭਗਤੀ ਹੈ। ਕਰੇ ਭਗਤ ਆਤਮ ਸੁਚਾਏ। ਸੋ ਅਸੀਂ ਆਪਣੀ ਭਗਤੀ ਚਾਅ ਨਾਲ ਕਰਨੀ ਹੈ। ਹੁਣ ਮੈਂ ਕਹਿ ਰਿਹਾ ਕਿ ਵੀ ਸਿੱਖ ਨੂੰ ਰੋਗ ਨਹੀਂ ਲੱਗਣਾ ਚਾਹੀਦਾ, ਇਸ ਵਾਸਤੇ ਕਹਿ ਰਿਹਾ ਕਿ ਜਿਹੜਾ ਵੀਰ ਭੈਣ ਵੀ ਚਾਓ ਭਗਤੀ ਚਾਰ ਪੰਜ ਘੰਟੇ ਕਰ ਲਏਗਾ, ਉਹਦੇ ਕੋਈ ਰੋਗ ਰਹੇਗਾ ਨਹੀਂ ਅਤੇ ਕੋਈ ਰੋਗ ਅੱਗੇ ਤੋਂ ਆਵੇਗਾ ਨਹੀਂ। ਸੋ ਕੋਸ਼ਿਸ਼ ਆਪਾਂ ਕਰਨੀ ਹੈ, ਕਿਉਂਕਿ ਸਿੱਖ ਭਗਤੀ ਚਾਓ ਭਗਤੀ ਆ। ਚਾਓ ਭਗਤੀ ਕਰਨੀ ਕਿੱਦਾਂ ਸੌਖਾ ਹੀ ਕੰਮ ਹੈ, ਔਖਾ ਕੰਮ ਨਹੀਂ। ਪਹਿਲਾਂ ਮਨ 'ਚ ਲਿਆਓ ਚਾਓ, ਤਾਂ ਫਿਰ ਬੋਲੋ ਵਾਹਿਗੁਰੂ। ਇੱਕ ਹੈਗਾ ਮਕੈਨੀਕਲੀ ਬੋਲਣਾ, ਇੱਕ ਹੈਗਾ ਚਾਓ ਨਾਲ ਬੋਲਣਾ। ਦੋਵਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਅਗਰ ਅਸੀਂ ਚਾਓ ਭਗਤੀ ਕਰੀਏ, ਨਿਰਾ ਰੋਗਾਂ ਦੁੱਖਾਂ ਨੇ ਨਹੀਂ ਜਾਣਾ, ਬਲਕਿ ਪਰਮੇਸ਼ਰ ਦੀ ਪ੍ਰਾਪਤੀ ਵੀ ਹੋ ਜਾਣੀ ਹੈ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਚਾਓ ਭਗਤੀ ਕਰੀਏ। ਚਾਓ ਭਗਤੀ ਕਰਨੀ ਕਿੱਦਾਂ ਸੌਖਾ, ਜਿੱਦਾਂ ਮੈਂ ਦੱਸਿਆ ਕਿ ਪਹਿਲਾਂ ਮਨ 'ਚ ਚਾਅ ਲਿਆਉਣਾ, ਅਤੇ ਮਨ 'ਚ ਚਾਅ ਲਿਆ ਕੇ ਬੋਲਣਾ। ਸੋ ਚਾਅ ਲਿਆ ਕੇ ਵਾਹਿਗੁਰੂ ਸ਼ਬਦ ਬੋਲਣਾ। ਇਹ ਨਹੀਂ ਹੈ ਕਿ ਕਿੰਨਾ ਲੰਬਾ ਪਾਜ਼ ਹੋ ਜਾਂਦਾ, ਇਹ ਨਹੀਂ, ਜ਼ਰੂਰ ਨਹੀਂ ਕਿ ਜਲਦੀ ਜਲਦੀ ਬੋਲਣਾ, ਨਹੀਂ। ਜਿਸ ਤਰ੍ਹਾਂ ਭਾਵੇਂ ਅੱਖਾਂ ਮੀਟੋ ਭਾਵੇਂ ਅੱਖਾਂ ਖੋਲ੍ਹੋ, ਪਹਿਲਾਂ ਵਾਹਿਗੁਰੂ, ਪਹਿਲਾਂ ਮਨ 'ਚ ਚਾਓ ਲਿਆਓ। ਮਨ 'ਚ ਚਾਓ ਲਿਆ ਕੇ ਫਿਰ ਬੋਲੋ ਵਾਹਿਗੁਰੂ, ਫਿਰ ਚਾਓ ਲਿਆਓ, ਫਿਰ ਬੋਲੋ ਵਾਹਿਗੁਰੂ। ਇਹ ਸਿੱਖ ਭਗਤੀ ਸਟ੍ਰੇਨ ਨਹੀਂ ਪੈਦਾ ਕਰਦੀ। ਕਿਉਂਕਿ ਇਹ 'ਚ ਅਸੀਂ ਕੰਸਨਟ੍ਰੇਸ਼ਨ ਨਹੀਂ ਕਰਨੀ, ਅਸੀਂ ਆਪਣੇ ਸਰੀਰ ਨੂੰ ਢਿੱਲਾ ਕਰਨਾ, ਸਹਿਜ ਵਿੱਚ ਬੋਲਣਾ, ਪਰੰਤੂ ਚਾਓ ਨਾਲ ਬੋਲਣਾ। ਸੋ ਫਿਰ ਮਨ 'ਚ ਚਾਓ ਲਿਆ ਕੇ ਬੋਲਣਾ, ਸ਼ਬਦ ਜਿਹੜਾ ਬੋਲਣਾ ਚਾਓ ਲਿਆ ਕੇ ਬੋਲਣਾ, ਹਰ ਵਾਰੇ ਚਾਓ ਲਿਆ ਕੇ ਬੋਲਣਾ। ਉਦੋਂ ਤੁਸੀਂ ਕੰਟੀਨਿਊਸਲੀ ਬੋਲਣਾ ਸ਼ੁਰੂ ਕਰਨਾ ਜਦੋਂ 6 ਮਹੀਨੇ, ਸਾਲ, 2 ਸਾਲ 'ਚ ਤੁਹਾਡੇ ਮਨ 'ਚ ਚਾਓ ਰਹਿਣ ਲੱਗ ਪਏਗਾ। ਅਤੇ ਚਾਓ ਤਦ ਰਹੇਗਾ ਜੇ ਤੁਸੀਂ ਪਹਿਲਾਂ ਮੈਂ ਜੋ ਬੇਨਤੀ ਕੀਤੀ ਕਿ ਦੁੱਖ ਸੁੱਖ ਨੂੰ ਸਮਾਨ ਸਮਝੋਗੇ, ਮਾਨ ਅਪਮਾਨ ਨੂੰ ਸਮਝੋਗੇ, ਘਾਟੇ ਨਫੇ ਨੂੰ ਸਮਾਨ ਸਮਝੋਗੇ, ਫਿਰ ਚਾਓ ਨਹੀਂ ਰਹਿਣਾ।
ਇੱਕ ਦਾ ਹੋਰ ਵੀ ਚਾਉ ਦਾ ਪੱਖ ਹੈ, ਉਹ ਇਹ ਪੱਖ ਹੈ ਜੋ ਵੀ ਤੁਹਾਡਾ ਡਿਊਟੀ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ, ਵੱਡੀ ਦਿੱਤੀ ਛੋਟੀ ਦਿੱਤੀ ਹੈ, ਪਰਮੇਸ਼ਰ ਨੇ ਦਿੱਤੀ ਹੈ। ਜਿਹੜੀ ਜਾਤ ਵਿੱਚ ਵੀ ਜਨਮ ਹੋਇਆ ਹੈ, ਕਿਹਨੇ ਉਹ ਜਾਤ ਦਿੱਤੀ? ਪਰਮੇਸ਼ਰ ਨੇ ਦਿੱਤੀ ਹੈ। ਜਿਹੜੀ ਥਾਂ 'ਤੇ ਜਨਮ ਹੋਇਆ, ਜਿਹੜੇ ਮੁਲਕ 'ਚ ਜਨਮ ਹੋਇਆ, ਇਹ ਵੀ ਪਰਮੇਸ਼ਰ ਨੇ ਫੈਸਲਾ ਕੀਤਾ। ਸੋ ਜਿਹੜੇ ਆਪਣੇ ਫਰਜ਼ ਨਿਭਾਉਣੇ, ਚਾਅ ਨਾਲ ਨਿਭਾਉਣੇ, ਜੋ ਵੀ ਕੰਮ ਕਰਨਾ, ਜੇ ਮੈਨੂੰ ਚਪੜਾਸੀ ਦਾ ਕੰਮ ਮਿਲਿਆ ਤਾਂ ਮੈਂ ਚਾਅ ਨਾਲ ਕਰਨਾ, ਜੇ ਕਲਰਕ ਦਾ ਮਿਲਿਆ ਚਾਅ ਨਾਲ ਕਰਨਾ, ਜੇ ਡੀਸੀ ਦਾ ਮਿਲਿਆ ਚਾਅ ਨਾਲ ਕਰਨਾ, ਜੇ ਮੈਂ ਦੁਕਾਨਦਾਰ ਹੈ ਚਾਅ ਨਾਲ ਬੈਠਣਾ ਦੁਕਾਨ 'ਚ, ਜੇ ਡਾਕਟਰ ਹਾਂ ਤਾਂ ਚਾਅ ਨਾਲ ਇਲਾਜ ਕਰਨਾ, ਜੇ ਵਕੀਲ ਹੈ ਤਾਂ ਚਾਅ ਨਾਲ ਹਰ ਇੱਕ ਨਾਲ ਗੱਲ ਕਰਨੀ, ਚਾਅ ਨਾਲ ਮਿਲਣਾ, ਚਾਅ ਨਾਲ ਉਹਦਾ ਸਟੱਡੀ ਕਰਨਾ ਕੇਸ, ਅਤੇ ਚਾਅ ਨਾਲ ਕੋਰਟ ਵਿੱਚ ਬੋਲਣਾ, ਅਤੇ ਫਿਰ ਚਾਅ ਆ ਜਾਏਗਾ, ਅਤੇ ਰੱਬ ਵੀ ਮਿਲ ਜਾਏਗਾ, ਦੁੱਖ ਵੀ ਕੋਈ ਨਹੀਂ ਰਹੇਗਾ, ਬਿਮਾਰੀ ਕੋਈ ਨਹੀਂ ਰਹੇਗੀ। ਸੋ ਪਹਿਲਾ ਨੁਕਤਾ ਇਹ ਧਿਆਨ 'ਚ ਆਪ ਸਾਰਿਆਂ ਨੇ ਰੱਖਣਾ ਕਿ ਗੁਰਮਤਿ ਭਗਤੀ ਚਾਓ ਭਗਤੀ ਜਾਂ ਮਕੈਨੀਕਲ ਭਗਤੀ ਨਹੀਂ, ਅਤੇ ਗੁਰਮਤਿ ਭਗਤੀ ਸਹਿਜ ਸੁਭਾਓ ਦੀ ਭਗਤੀ ਹੈ। ਅਤੇ ਸਹਿਜ ਸੁਭਾਓ ਚਾਅ ਨਾਲ ਬੋਲਣ ਨਾਲ ਕੀ ਹੋਏਗਾ, ਤੁਹਾਡੀਆਂ ਸਾਰੀਆਂ ਤਕਲੀਫਾਂ, ਸਾਰੇ ਰੋਗ ਨਸ਼ਟ ਹੋ ਜਾਣਗੇ ਅਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਸੋ ਇਸੇ ਆਧਾਰ 'ਤੇ ਮੈਂ ਕਹਿ ਰਿਹਾ ਭਾਈ, ਕਿਸੇ ਸਿੱਖ ਨੂੰ ਬਿਮਾਰ ਨਹੀਂ ਹੋਣਾ ਚਾਹੀਦਾ। ਕਿਉਂਕਿ ਅਗਰ ਚਾਓ ਭਗਤੀ ਕਰਾਂਗੇ ਤਾਂ ਸਾਡੀ ਜੋ ਪਹਿਲੀ ਲਾਮ ਦੀ ਅਵਸਥਾ ਹੈਗੀ ਹੈ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਉਹਦੀ ਇਸ ਪਹਿਲੀ ਲਾਮ ਦੀ ਪ੍ਰਾਪਤੀ ਹਰ ਸਿੱਖ ਕਰ ਸਕਦਾ। ਅੱਗੇ ਜਿਹੜੀ ਹੈਗੀ ਗ੍ਰੇਸ ਦੀ ਗੱਲ ਹੋ ਜਾਂਦੀ ਹੈ, ਕਿਉਂਕਿ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ, ਉਹ ਗ੍ਰੇਸ ਹੈਗੀ ਹੈ। ਪਰ ਹਰ ਸਿੱਖ ਇੱਥੇ ਤੱਕ ਪਹੁੰਚ ਸਕਦਾ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਸੋ ਜਿਹੜਾ ਵੀਰ ਭੈਣ ਵੀ ਚਾਓ ਭਗਤੀ ਕਰੇਗਾ, ਉਹ ਵਿਦਆਊਟ ਫੇਲ ਇੱਥੇ ਪਹੁੰਚੇਗਾ। ਇਹ ਨਹੀਂ ਹੈਗਾ ਕਿ ਐਕਸੈਪਸ਼ਨ ਵੀ ਕੋਈ ਪਹੁੰਚੇਗਾ ਕੋਈ ਨਹੀਂ ਪਹੁੰਚੇਗਾ। ਅੱਗੇ ਐਕਸੈਪਸ਼ਨ ਹੈਗੀ ਆ ਕਿ ਕਿਹਨੂੰ ਗ੍ਰੇਸ ਮਿਲਣੀ, ਕਿਹਨੂੰ ਨਹੀਂ ਗ੍ਰੇਸ ਮਿਲਣੀ, ਇੱਥੇ ਤੱਕ ਕੋਈ ਐਕਸੈਪਸ਼ਨ ਨਹੀਂ ਹੋਏਗੀ। ਸੋ ਸਾਰੇ ਹੀ ਤੁਸੀਂ ਆਨੰਦ ਵਿੱਚ ਰਹਿ ਸਕਦੇ ਹੋ, ਸਾਰੇ ਹੀ ਤੁਸੀਂ ਇਹ ਸਹਿਜ ਆਨੰਦ ਦੀ ਪ੍ਰਾਪਤੀ ਕਰ ਸਕਦੇ ਹੋ। ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ, ਸੋ ਅਗਰ ਅਸੀਂ ਚਾਓ ਭਗਤੀ ਕਰਾਂਗੇ ਤਾਂ ਇੱਥੇ ਅਵਸ਼ ਇੱਥੇ ਤੱਕ ਪਹੁੰਚ ਜਾਵਾਂਗੇ। ਦੂਸਰਾ ਨੁਕਤਾ ਗੁਰਮਤਿ ਭਗਤੀ ਦੇ ਕਈ ਅਸੂਲ ਨੇ, ਉਹਨਾਂ 'ਚ ਦੂਸਰਾ ਨੁਕਤਾ ਹੈਗਾ ਭਾਓ ਭਗਤੀ। ਅਸਲ 'ਚ ਦੇਖਿਆ ਜਾਏ ਚਾਓ ਬਾਅਦ 'ਚ ਆਏਗਾ, ਪਹਿਲਾਂ ਭਾਓ ਭਗਤੀ ਕਰਨੀ ਪੈਣੀ ਹੈ। ਕਿਉਂਕਿ ਚਾਓ ਪੈਦਾ ਹੋਣਾ ਭਾਓ ਤੋਂ ਪੈਦਾ ਹੋਣਾ, ਚਾਓ ਨਹੀਂ, ਜਿਹੜਾ ਚਾਓ ਭਾਓ ਤੋਂ ਬਿਨਾਂ ਚਾਓ ਹੋਏਗਾ ਉਹ ਹੋਏਗਾ ਪਲਾਂ ਦਾ ਚਾਓ ਹੋਏਗਾ, ਕਿ ਤੁਸੀਂ ਚਾਓ ਨਾਲ ਬੋਲੇ ਚਾਓ ਉਸ ਵੇਲੇ ਚਲਾ ਗਿਆ, ਚਾਓ ਨਾਲ ਬੋਲੇ ਚਾਓ ਚਲਾ ਗਿਆ।
जे पाओ भगती करोगे ते एकदम तो प्यार नहीं आने लगा, क्योंकि साढ़े मन च वासा है, नफरत का वासा है, साढ़े मन च वैर विरोध का वासा है, साढ़े मन च जैलसी का वासा है, साढ़े मन च पराए नूं दुख दवाउण दा वस है। ते चाहो किदां आजू भगत, भाव किदां आ जाएगा। सो भाव ने भी तद आउणा है जिसले पहलां आपां इहनां नूं कढ़ांगे। किहनूं किहनूं कढ़णा है? वैर विरोध नूं कढ़णा है, नफरत नूं कढ़णा है, साड़े नूं कढ़णा है, चुगली नूं कढ़णा है। इस वास्ते गाइड विच 39 नुक्ते दिते हुए आ अपने अवगुणा दे। असी अगर उन्होंने अवगुणा नूं कढ़न दा जतन करांगे, अपने मन नूं समझाउण दी गल हुंदी है। मन नूं की समझाउणा है कि भाई नफरत दा लाभ नहीं हैगा, जो करतार कर रहा, जो हो रहा। वैर विरोध का कोई फायदा नहीं, क्योंकि सबना जिया का एक दाता सो मैं विसरना जाई। जो दात किसी को मिल गई है, परमेश्वर ने दिती है, सो किसी का रंग काला है वो परमेश्वर ने दिता है, उन्हें नफरत नहीं करनी। सानू गुरबाणी दे उपदेशां नूं मन च रख के अपनियां कमियां नूं दूर करन दा जतन करना है। जिस तरह मैं बेनती की थी, वैर विरोध नूं कढ़णा है, नफरत नूं कढ़णा है, साड़े नूं कढ़णा है, मंद भावना नूं कढ़णा है। चंगे इंसान बनना है, क्योंकि जपजी साहब गुरु नानक साहब ने लाइन खिंचती है कि जे औगुण हैगे तो भगती नहीं हो सकती, विन गुण कीते भगत ना होए। असी बोली जाने वाहिगुरु वाहिगुरु वाहिगुरु, फायदा नहीं बहुता होना जे औगुण अंदर ने। भाव ने ज चाओ ने तद ही वसना है जे औगुणा नूं अहीं कढ़ांगे। सो इदां ही भाव भगती, भाव भगती भी किदां करनी? मन च प्यार लिआउणा पहला, मन च प्यार लिया के फिर वाहिगुरु शब्द बोलना, भावें पाज करना लंबा हो जाए, कोई फर्क नहीं पैंदा। कोई घंटा बैठना, दो घंटे बैठने, चार घंटे बैठने, पर मेरा अंदाजे च 5-6 घंटे तुसीं चाओ जां भाव भगती कर लोगे ते हौली हौली तरक्की करते करते तुसीं अखीर तक पहुँच जाओगे। क्योंकि अपने आप ही भगती फिर होने लग पैंदी जे 4-5 घंटे तुसीं चार नाल बोलोगे। जिसले प्यार आ गया, प्यार इज सेल्फ इज ए भगती। और फिर प्यार तो बिना परमेश्वर ने मिलना ही नहीं। जिन प्रेम कियो तिन ही प्रभ पायो। तो जे प्रेम नाल तुसीं 5 घंटे बोल लिया वाहिगुरु शब्द, हौली हौली प्रेम आ ही जाना। जिवें जिवें प्रेम ने तुहाडे मन और तन च आउणा, रोगां ने तकलीफां ने बाहर हो जाणा। ये निश्चय कर लो, अगर तुसीं रोगी हाँ तो तुहाडे प्यार दा एक किनका अंदर नहीं है। क्योंकि गुरबाणी का फरमान है, जाकी प्रीत गोबिंद सिंह लागी। अगे बोलो सारे, दुख दर्द प्रम ताका होमे, का दीर्घ रोग है उन्होंने भरम ही कहा गुरबाणी च।
ਉਹ ਵੀ ਚਲੇ ਜਾਏਗਾ, ਸਾਰੀਆਂ ਤਕਲੀਫਾਂ ਚਲੇ ਜਾਣਗੀਆਂ, ਕੋਈ ਰੋਗ ਨਹੀਂ ਰਹੇਗਾ। ਅਗਰ ਗੋਬਿੰਦ ਦੀ ਗੋਬਿੰਦ ਨਾਲ ਪ੍ਰੀਤ ਲੱਗ ਗਈ ਤਾਂ ਮੈਂ ਤੁਹਾਨੂੰ ਇਸ ਵਾਸਤੇ ਬੇਨਤੀ ਕਰ ਰਿਹਾ ਕਿ ਫੇਥ ਰੱਖੋ ਗੁਰਬਾਣੀ 'ਚ। ਇਹ ਨਾ ਸੋਚੋ ਕਿ ਪਰਮੇਸ਼ਰ ਨੇ ਨਹੀਂ ਮਿਲਣਾ। ਜੇ ਤੁਸੀਂ ਭਾਉ ਭਗਤੀ ਕਰ ਲਓਗੇ, ਇਹ ਸਵਾਲ ਪੈਦਾ ਨਹੀਂ ਹੁੰਦਾ ਕਿ ਪਰਮੇਸ਼ਰ ਨਹੀਂ ਮਿਲੇਗਾ, ਕਿਉਂਕਿ ਗੁਰੂ ਸਾਹਿਬ ਦਾ ਆਪਣਾ ਬਚਨ ਹੈ, ਜਾ ਕੀ ਪ੍ਰੀਤ ਗੋਬਿੰਦ ਸਿੰਘ ਲਾਗੀ ਦੁੱਖ ਦਰਦ ਭ੍ਰਮ ਤਾਕਾ। ਭ੍ਰਮ ਹੈਗਾ ਹੋਮੇ, ਹੋਮੇ ਗਈ ਪਰਮੇਸ਼ਰ ਮਿਲ ਗਿਆ। ਸੋ ਸਾਰੀਆਂ ਅਚੀਵਮੈਂਟਸ ਹੋ ਜਾਣੀਆਂ ਅਗਰ ਅਸੀਂ ਭਾਉ ਭਗਤੀ ਕਰ ਲਈ। ਸੋ ਭਾਉ ਭਗਤੀ ਕਰਨੀ ਕਿੱਦਾਂ ਕਿ ਪਹਿਲਾਂ ਮਨ 'ਚ ਚਾਹ ਲਿਆਉਣਾ, ਫਿਰ ਸ਼ਬਦ ਬੋਲਣਾ। ਕਈ ਵਾਰ ਬੰਦਾ ਡਿਪਰੈਸ਼ਨ 'ਚ ਹੁੰਦਾ, ਕੋਈ ਦੁੱਖ ਹੋ ਗਿਆ, ਮਨ ਜਿਹੜਾ ਬੜਾ ਬਿਖਰਿਆ ਹੁੰਦਾ, ਬਿਸਕਦੀ ਬਹਿ ਜਾਓ ਆਰਾਮ ਨਾਲ, ਬਹਿ ਕੇ ਆਰਾਮ ਨਾਲ, ਭਾਵੇਂ 15 ਮਿੰਟ ਲੱਗਣ, 20 ਮਿੰਟ ਲੱਗਣ, ਚਾਹ ਭਾਓ ਲਿਆਓ, ਪਿਆਰ ਲਿਆਓ ਮਨ 'ਚ। ਜੋ ਹੋਇਆ ਤੁਹਾਡੇ ਨਾਲ ਉਹਨੂੰ ਭੁੱਲਣ ਦਾ ਯਤਨ ਕਰਦੇ, ਫਿਰ ਪਿਆਰ ਲਿਆਉਣਾ ਮਨ 'ਚ। ਇੱਦਾਂ ਹੀ ਪਾਠ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ, ਪਹਿਲਾਂ ਪਿਆਰ ਲਿਆਓ ਮਨ 'ਚ। ਨਾਮ ਜਪਣਾ, ਪਿਆਰ ਲਿਆਓ ਮਨ 'ਚ। ਗੁਰੂ ਸਾਹਿਬ ਨੇ 3 ਵਾਰਾਂ ਕਿਹਾ, ਪਵਿੱਤਰ 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 ਪੁਨੀਤ, ਨਾਮ ਜਪੇ ਨਾਨਕ। ਪਵਿੱਤਰ ਕੌਣ ਹੁੰਦਾ? ਸੰਤ। 3 ਵਾਰਾਂ ਸ਼ਬਦ ਵਰਤਿਆ ਉਹਨਾਂ ਨੇ, ਪਵਿੱਤਰ 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 ਪੁਨੀਤ। ਪੁਨੀਤ ਵੱਡਾ ਸੰਤ। ਸੰਤ ਉਹ ਨਹੀਂ ਜਿਹੜੇ ਹਰ ਮੁਹੱਲੇ 'ਚ ਹੈਗੇ ਭਾਈ, ਸੰਤ ਕੋਈ ਕਰੋੜਾਂ 'ਚੋਂ ਕੋਈ ਹੁੰਦਾ। ਉਹ ਸੰਤ ਬਣਨਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਪਵਿੱਤਰ, ਜਿਹੜਾ ਗੁਰਬਾਣੀ ਵਾਲਾ ਸੰਤ। ਸੋ ਮੈਂ ਗੁਰਬਾਣੀ ਦੇ ਆਧਾਰ 'ਤੇ ਕਹਿ ਰਿਹਾ ਕਿ ਨਿਰਸੰਦੇਹ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ, ਬਿਨਾਂ ਸ਼ੱਕ ਤੋਂ, ਬਿਨਾਂ ਫੇਲੀਅਰ ਤੋਂ ਅਵਸ਼ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ, ਅਗਰ ਤੁਸੀਂ ਭਾਉ ਭਗਤੀ ਕਰ ਲਓ। ਪਰਮੇਸ਼ਰ ਦੀ ਪ੍ਰਾਪਤੀ ਬਾਅਦ 'ਚ ਹੋਣੀ, ਪਹਿਲਾਂ ਤੁਹਾਡੀਆਂ ਤਕਲੀਫਾਂ ਸਾਰੀਆਂ ਚਲੇ ਜਾਣਗੀਆਂ, ਕੋਈ ਰੋਗ ਨਹੀਂ ਲਏਗਾ, ਤੁਹਾਡੀ ਹਸਪਤਾਲ 'ਚ ਡੈਥ ਨਹੀਂ ਹੋਏਗੀ। ਆਨੰਦ ਮਾਣਦੇ ਹੋਏ ਤੁਸੀਂ ਆਪਣਾ ਸਰੀਰ ਤਿਆਗੋਗੇ। ਸੋ ਭਾਉ ਭਗਤੀ ਦੇ ਬੈਨੀਫਿਟਸ ਜਿਹੜੇ ਕੋਈ ਬਿਆਨ ਨਹੀਂ ਕਰ ਸਕਦਾ। ਅਸੀਂ ਸੁੱਖ ਹੀ ਚਾਹੁੰਦੇ ਹਾਂ ਅਤੇ ਸੁੱਖ ਮਿਲਦਾ ਕਿੱਦਾਂ? ਜੋ ਅਸੀਂ ਕਰਦੇ ਉਹ 'ਚੋਂ ਸੁੱਖ ਮਿਲਦਾ ਨਹੀਂ। ਅਸੀਂ ਕਹਿੰਦੇ ਵੱਡਾ ਮਕਾਨ ਬਣਾ ਲਾਂਗੇ ਸੁੱਖ ਮਿਲ ਜਾਏਗਾ, ਅਸੀਂ ਕਹਿੰਦੇ ਵੱਡੀ ਕਾਰ ਲੈ ਲਾਂਗੇ ਸੁੱਖ ਮਿਲ ਜਾਏਗਾ, ਮੋਬਾਈਲ ਲੈ ਲਿਆ 1 ਲੱਖ ਰੁਪਇਆ ਦਾ ਸੁੱਖ ਮਿਲ ਜਾਏਗਾ। ਸੁੱਖ ਇਹਨਾਂ 'ਚ ਹੈ ਨਹੀਂ, ਸੁੱਖ ਨਾਮ ਵਿੱਚ ਹੈ। ਦੁਨਿਆਵੀ ਪ੍ਰਾਪਤੀਆਂ 'ਚ ਸੁੱਖ ਨਹੀਂ। ਜੇ ਸੋਚੋਗੇ ਮੋਦੀ ਸਾਹਿਬ ਸੁਖੀ ਨੇ, ਮੈਂ ਨਹੀਂ ਸਮਝਦਾ। ਜੇ ਸੋਚੋਗੇ ਬਾਦਲ ਸਾਹਿਬ ਸੁਖੀ ਨੇ, ਜਾਂ ਬਿਲ ਗੇਟਸ ਜਿਹੜਾ ਰਿਚੈਸਟ ਮੈਨ ਇਨ ਦਾ ਵਰਲਡ, ਉਹ ਸੁਖੀ ਹੈ? ਕੋਈ ਸੁਖੀ ਨਹੀਂ। ਜਾਂ ਓਬਾਮਾ ਸੁਖੀ ਆ? ਕੋਈ ਸੁਖੀ ਨਹੀਂ। ਸਾਡੇ ਨਾਲੋਂ ਜ਼ਿਆਦਾ ਦੁਖੀ ਹੋਏਗਾ, ਮੈਂ ਤਾਂ ਆਪਣੇ ਤੋਂ ਮੈਂ ਸਮਝਦਾ, ਮੇਰੇ ਤੋਂ ਦੁਖੀ ਜ਼ਰੂਰ ਜ਼ਿਆਦਾ ਹੋਣਗੇ ਸਾਰੇ, ਕਿਉਂਕਿ ਮੈਨੂੰ ਨਾਮ ਨਾਲ ਪਿਆਰ ਆ, ਮੈਂ ਸੁਖੀ ਹਾਂ। ਸੋ ਜੇ ਤੁਸੀਂ ਸੁੱਖ ਚਾਹੁੰਦੇ ਹੋ, ਜੇ ਤੁਸੀਂ ਆਨੰਦ ਮਾਣਨਾ ਚਾਹੁੰਦੇ ਹੋ, ਜੇ ਤੁਸੀਂ ਸੁਖੀ ਜੀਵਨ ਚਾਹੁੰਦੇ ਹੋ, ਤਾਂ ਭਾਉ ਭਗਤੀ ਦਾ ਰਸਤਾ ਹੈ। ਇਹ ਨਹੀਂ ਹੈਗਾ ਕਿ ਬੈਠ ਕੇ ਹੀ ਭਗਤੀ ਕਰ ਸਕਦੇ ਹਾਂ ਭਾਉ ਭਗਤੀ, ਤੁਸੀਂ ਤੁਰਦੇ ਫਿਰਦੇ ਵੀ ਭਾਉ ਭਗਤੀ ਕਰ ਸਕਦੇ, ਤੁਸੀਂ ਲੇਟੇ ਵੀ ਭਾਉ ਭਗਤੀ ਕਰ ਸਕਦੇ ਹੋ,
ਤੁਸੀਂ ਚੌਂਕੜੀ ਮਾਰ ਕੇ ਪਾਓ ਭਗਤੀ ਕਰ ਸਕਦੇ, ਤੁਸੀਂ ਸੋਫੇ 'ਤੇ ਬੈਠ ਕੇ ਪਾਓ ਭਗਤੀ ਕਰ ਸਕਦੇ। ਸਿਰਫ ਮਨ 'ਚ ਚਾਅ ਰੱਖਣਾ, ਮਨ 'ਚ ਭਾਓ ਰੱਖਣਾ, ਮਨ 'ਚ ਪਿਆਰ ਰੱਖਣਾ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁੱਖ ਘਰ ਕੌਣ ਹੈ? ਦਸਮ ਦੁਆਰ। ਹਾਈਐਸਟ ਪ੍ਰਾਪਤੀ ਤੁਹਾਨੂੰ ਹੋ ਜਾਏਗੀ ਅਗਰ ਤੁਸੀਂ ਪਾਓ ਭਗਤੀ ਕਰ ਲਓ। ਸੋ ਇਹਦਾ ਨਤੀਜਾ ਕੀ? ਸਾਰੇ ਵੀਰਾਂ ਭੈਣਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਇੱਕ ਫਿਕਸ ਦਾ ਟਾਰਗੇਟ, ਕੀ ਫਿਕਸ ਕਰਨ ਟਾਰਗੇਟ, ਕਿ ਇਹ ਮੈਂ ਜੀਵਨ ਜਿਹੜਾ ਲੇਖੇ ਲਾਉਣਾ। ਦੁਨਿਆਵੀ ਪ੍ਰਾਪਤੀਆਂ ਸਭ ਕੂੜ ਨੇ, ਸਭ ਕੂੜ ਨੇ। ਗੁਰੂ ਸਾਹਿਬ ਨੇ ਕਿਹਾ ਖਾਣਾ ਕੂੜ ਹੈ, ਖਾਣਾ ਤ੍ਰਿਗ ਹੈ, ਪਹਿਨਣਾ ਤ੍ਰਿਗ ਹੈ, ਜੀਵਨ ਤ੍ਰਿਗ ਹੈ, ਸਭ ਦੁਨਿਆਵੀ ਪ੍ਰਾਪਤੀਆਂ ਤ੍ਰਿਗ ਹਨ। ਇੱਕੋ ਚੀਜ਼ ਸੱਚ ਹੈ, ਉਹ ਪਰਮੇਸ਼ਵਰ ਦਾ ਨਾਮ ਹੈ। ਸੋ ਦੁਨਿਆਵੀ ਪ੍ਰਾਪਤੀਆਂ ਆਪਣੇ ਆਪ ਹੀ ਹੋਈ ਜਾਣੀਆਂ। ਜਿਵੇਂ ਜਿਵੇਂ ਭਾਵ ਭਗਤੀ ਕਰੋਗੇ, ਕੰਮ ਤਾਂ ਤੁਹਾਡੇ ਸਾਰੇ ਸਹਿਜੇ ਹੋਈ ਜਾਣੇ। ਜਿਹਨਾਂ ਕੰਮਾਂ ਬਾਰੇ ਹੁਣ ਤੜਫਦੇ ਫਿਰਦੇ ਹਾਂ, ਉਹ ਪਰਮੇਸ਼ਰ ਨੇ ਆਪਣੇ ਆਪ ਹੀ ਕਰ ਦੇਣੇ ਸਾਰੇ ਕੰਮ। ਦੁਨਿਆਵੀ ਪ੍ਰਾਪਤੀਆਂ ਵੀ ਹੋ ਜਾਣੀਆਂ ਸਾਰੀਆਂ, ਅਤੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਵੀ ਹੋ ਜਾਣੀ। ਇਸ ਵਾਸਤੇ ਸਾਰਿਆਂ ਨੇ ਬੇਨਤੀ ਇਹ ਕਰਿਆ ਕਿ ਸਾਰੇ ਟੀਚਾ ਰੱਖੋ। ਕੀ ਟੀਚਾ? ਕਿ ਜਨਮ ਨੂੰ ਸਫਲਾ ਕਰਨਾ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨੀ ਆ। ਕੋਈ ਔਖੀ ਗੱਲ ਨਹੀਂ, ਔਖੀ ਹੈ ਹੀ ਨਹੀਂ ਮੈਂ ਕਹਿੰਦਾ, ਸੋਰੀ, ਕਿਉਂਕਿ ਗੁਰਬਾਣੀ 'ਚ ਲਿਖਿਆ ਬਹੁਤ ਔਖਾ ਕੰਮ ਹੈ, ਔਖਾ ਹੀ ਹੈ, ਕਿਉਂਕਿ ਦੁਨੀਆ ਨੂੰ ਤਿਆਗਣਾ ਕਿੰਨਾ ਔਖਾ ਕੰਮ ਹੈ, ਬਹੁਤ ਔਖਾ। ਇਹ ਜਿਹੜਾ ਮੈਂ ਪਹਿਲਾਂ ਕਹਿ ਤੇ ਲਫਜ਼ ਔਖੇ ਕੰਮ, ਮਾਨ ਅਪਮਾਨ ਨੂੰ ਬਰਾਬਰ ਸਮਝਣਾ, ਦੁੱਖ ਸੁੱਖ ਨੂੰ ਬਰਾਬਰ ਸਮਝਣਾ, ਨਫੇ ਔਰ ਘਾਟੇ ਨੂੰ ਬਰਾਬਰ ਸਮਝਣਾ, ਇਹ ਔਖੀਆਂ ਗੱਲਾਂ। ਪਰ ਔਖੀਆਂ ਹੈ ਵੀ ਨਹੀਂ, ਮਨ ਦਾ ਫੈਸਲਾ, ਮਨ ਦਾ ਫੈਸਲਾ ਕਰ ਲਓ, ਠੀਕ ਹੈ ਵੀ ਜਿੰਨੇ ਪਰਮੇਸ਼ਰ ਨੇ ਦਿੱਤੇ ਠੀਕ ਹੈ। ਮੇਰੇ ਐਲਡਸਟ ਬ੍ਰਦਰ ਮੈਂ ਦੇਖਦਾ ਸੀ, ਉਹਨੇ ਜੀਵਨ 'ਚ ਉਹ ਸਦਾ ਹੀ ਇੱਦਾਂ ਚਾਅ 'ਚ ਰਹਿੰਦੇ ਸੀ। ਸੋ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਗੁਰਬਾਣੀ ਦੀ ਜੋ ਸਿੱਖਿਆ ਹੈ ਉੱਤੇ ਚੱਲਣ ਦਾ ਯਤਨ ਕਰੀਏ। ਲਿਬਾਸ ਦਾ ਕੋਈ ਸੰਬੰਧ ਨਹੀਂ ਹੈਗਾ ਤੁਹਾਡੀਆਂ ਅਟੇਨਮੈਂਟਸ। ਕੋਈ ਮੈਨੂੰ ਵੀਰ ਕਹਿ ਰਹੇ ਸੀ, ਹਾਂ ਵੀ ਪੈਂਟਾਂ ਵਾਲੇ ਮਿਸ਼ਨ ਦੇ ਬੰਦੇ ਸੇਵਾਦਾਰ, ਮੈਂ ਕਿਹਾ ਵੀ ਹਾਂ ਅਸੀਂ ਪੈਂਟਾਂ ਵਾਲੇ ਹੀ ਹਾਂ। ਜੇ ਪੈਂਟ ਪਾਈ ਕੀ ਮੇਰਾ ਪਿਆਰ ਨਹੀਂ ਹੋ ਸਕਦਾ ਪਰਮੇਸ਼ਰ ਨਾਲ? ਅਸਲੀ ਤਾਂ ਪਿਆਰ ਹੈ, ਕੱਪੜਿਆਂ ਦਾ ਕੋਈ ਸੰਬੰਧ ਨਹੀਂ। ਮੈਨੂੰ ਬੜਿਆਂ ਨੇ ਕਿਹਾ ਵੀ ਤੂੰ ਆਪਣਾ ਲਿਬਾਸ ਬਦਲ ਲਾ, ਫਿਰ ਤੈਨੂੰ ਲੋਕਾਂ ਨੇ ਸੁਣਨਾ। ਔਰ ਮੈਂ ਇਹ ਕਹਿੰਦਾ ਰਿਹਾ ਕਿ ਨਹੀਂ ਵੀ ਜੇ ਮੇਰੇ 'ਚ ਕੋਈ ਗੁਣ ਹੋਏਗਾ ਤਾਂ ਲੋਕ ਸੁਣਨਗੇ, ਲਿਬਾਸ ਤੋਂ ਬਿਨਾਂ ਹੀ ਇਸੇ ਲਿਬਾਸ ਸੁਣਨਗੇ। ਹੁਣ ਸੁਣ ਰਹੇ ਸਾਰੇ, ਇਹਨਾਂ ਨੇ ਲੁਧਿਆਣੇ ਦੇ ਵੀਰਾਂ ਭੈਣਾਂ ਨੇ ਇੰਨਾ ਪਾਪੂਲਰ ਬਣਾ ਦਿੱਤਾ ਮਿਸ਼ਨ ਵਰਲਡ ਓਵਰ, ਕਿੰਨੇ ਲੋਕ ਸੁਣ ਰਹੇ ਨੇ। ਲੋਕ ਤਰਸਦੇ ਆ ਕਿ ਮੈਂ ਉਹਨਾਂ ਨਾਲ ਗੱਲ ਕਰ ਸਕਾਂ ਟੈਲੀਫੋਨ 'ਤੇ। ਮੈਂ ਗੱਲ ਇਸ ਵਾਸਤੇ ਨਹੀਂ ਕਰਦਾ ਬਹੁਤਾ ਕਿਉਂਕਿ ਮੈਂ ਆਪਣੀ ਭਗਤੀ ਦਾ ਮੇਰਾ ਮਾਰਗ ਹੈ, ਅਤੇ ਜਿਹਦੀ ਭਗਤੀ ਦਾ ਮਾਰਗ ਹੋਏ ਉਹ ਦੁਨੀਆਂ ਨੂੰ ਛੱਡਣਾ ਪੈਂਦਾ। ਉਹਨੇ ਦੁਨੀਆਂ ਤੋੜੇ ਬੰਧਨਾ ਹਨ ਪਾਣੀ। ਸੋ ਦੁਨਿਆਵੀ ਬੰਧਨ ਤੋੜਨੇ ਪੈਂਦੇ ਆ। ਇਹ ਨਹੀਂ ਹੈਗਾ ਕਿ ਮੇਰੇ 'ਚ ਅਭਿਮਾਨ ਹੈ ਤਾਂ ਮੈਂ ਗੱਲ ਨਹੀਂ ਕਰਨੀ ਚਾਹੁੰਦਾ। ਹੁਣ ਇੱਥੇ ਵੀਰ ਮੈਨੂੰ ਕਹਿ ਰਹੇ ਸੀ ਆਪਣਾ ਕਾਰਡ ਦੇ ਦਿਓ, ਟੈਲੀਫੋਨ ਨੰਬਰ ਦਿਓ, ਮੈਂ ਕਿਹਾ ਮੈਂ ਨਹੀਂ ਦੇਣਾ। ਉਹਦਾ ਰੀਜ਼ਨ ਮੈਂ ਦੱਸ ਰਿਹਾ ਸਾਰੇ ਵੀਰਾਂ ਭੈਣਾਂ ਨੂੰ ਕਿ ਮੈਂ ਕਿਉਂਕਿ ਭਗਤੀ ਦਾ ਮਾਰਗ ਮੇਰਾ, ਅਤੇ ਭਗਤੀ ਦੇ ਮਾਰਗ 'ਤੇ ਚੱਲਣਾ
तो दुनियावी बंधन तोड़ने पैंदे आ। जे शोभा दी मन च इच्छा हैगी तो भगती नहीं हो सकती, फिर तुम शोभा पिछे लगे रहोगे, शोभा होए मेरी शोभा होए, फिर तुम जर्नलिस्टों को मिलोगे, टीवी चैनल से जाओगे, रेडियो से जाओगे, सारे थावां से तुरे फिरोगे, लिबास भी बदल लोगे अपना ताकि लोग मेरी शोभा कर। जे शोभा का मन च इच्छा ही कोई ना हो फिर कहते जो मर्जी कपड़े पा लो, की लोड़ है टीवी चैनल से जान दी, की लोड़ है रेडियो से जान दी, किधर लोड़ नहीं। खैर इन्हें बहुत चंगा काम किया, ट्यून इन का रेडियो बनाया, उन्हें सारे संसार च ये मैसेज फैल गया। ये भी गुरु की कृपा हुई मेरा, मैं अपने तो मेथों नहीं से काम होना, क्योंकि मैं शुरू तो कहते मैं की करना, मैं तो लोगों की सेवा करनी जिनी हो सके कैंपा च। इन्हां वीर ने, लुधियाने के वीर ने बहुत वधिया काम किया, कि उदा मैसेज जाना नहीं सी वर्ल्ड ओवर, ये थोड़ी संगत की कृपा, सारे वीर भैन की कृपा हुई मिशन से, थोड़ी अरदासा की कृपा हुई है। तुसीं साडे ते जो बख्शिश की सारी संगतां ने, वो बख्शिश का नतीजा है कि मैसेज सारे संसार च फैल रहा। सो गुरमत भगती, जिसमें मैं दसा कि मेरा विशा गुरमत भगती का, मेरा अपना टारगेट भी गुरमत भगती है, और इस वास्ते मैं गल्लां थोड़े नाल कर रहा सी, क्योंकि मैं पता भी चाओ भगती की जाए तो की हुंदा, पाओ भगती की जाए तो की हुंदा। हुण इहदे च कुछ निशानियां जरूर थी मन च रखनियां कि थोड़ी पाओ भगती ठीक है जां नहीं। निशानियां की ने, सौखियां निशानियां, चार वेर गुरु नानक साहब ने निशानी दसी है जपजी साहब कि सुनया दुख पाप का। जे तुसी घंटा पर नाम बोले तो थोड़ी दर्द नहीं कटी तो समझ लो थोड़ी भगती का मैथड ठीक नहीं। ये मन च रखो सदा ही कि जो जपजी साहब गुरु नानक साहब ने फरमाया, कदे भी इस धरती से पतालना च आकाशा च किधरे भी गलत नहीं हो सकता। जे साडे तकलीफ घटती नहीं तो ही समझ लिए कि सानू भगती करन दा मैथड नहीं आया। क्योंकि चार वेर ये तुसी जपजी साहब च पढ़ते सुनया दुख पाप का नाश, सुनया दुख पाप का नाश। सुनना कितना है ये असल च ये मुश्किल होएगा, मैं लगता स्टूडियो तो मैं जे DVD वगैरह बन जाए वो बेहतर रहेगा कि तुसी किस तरीके नाल सुन दा जतन करना, अपनी आवाज़ नू सुनना, किदां सुनना। जिहड़ा जो मेरा अपना तजर्बा वो मैं शेयर कर सकदा, पर लगता है संगत शेयर करना मुश्किल होएगा। सो मेरा अपना विचार हैगा कि एक बुकलेट बन जाए, एक कुछ DVDs बन जाए जिहदे च मैथड्स ने, जिहड़े सिख मैथड्स ने भगती दे, उहदे बारे जिन्नी क जानकारी मैनू हैगी वो मैं सारी शेयर कर लां सारयां नाल। सो सुनिया दुख पाप का नाश, अगर निशानी प्रगट नहीं हुई पहला की प्रगट होना, पहला तो प्रगट होना कि थोड़ी जड़ी हैगी आ थकावट दूर हो गई, थोड़े फ्रैशनेस आ गई। जे थोड़ी थकावट दूर नहीं हुंदी, थकावट होर हो गई तो समझ लो थोड़ा मैथड ठीक नहीं है।
ਜੇ ਨਾਮ ਜਪਣ ਨਾਲ ਤੁਹਾਡੀ ਥਕਾਵਟ ਦੂਰ ਹੋ ਗਈ, ਤੁਹਾਡੀ ਦਰਦ ਘਟ ਗਈ, ਤੁਹਾਡੇ ਫਰੈਸ਼ਨੈਸ ਆ ਗਈ, ਤੁਹਾਡੀ ਜ਼ਬਾਨ ਦਾ ਸਵਾਦ ਬਦਲ ਗਿਆ, ਜੇ ਜ਼ਬਾਨ ਦਾ ਸਵਾਦ ਹੀ ਨਹੀਂ ਬਦਲਿਆ, ਕਿਉਂਕਿ ਪਹਿਲਾਂ ਜ਼ਬਾਨ ਦਾ ਸਵਾਦ ਬਦਲਣਾ, ਅਤੇ ਜੇ ਜ਼ਬਾਨ ਦਾ ਸਵਾਦ ਹੀ ਨਹੀਂ ਬਦਲਿਆ, ਫਿਰ ਫਰੈਸ਼ਨੈਸ ਨਹੀਂ ਆਉਣੀ, ਨਾ ਹੀ ਦਰਦ ਨੇ ਜਾਣਾ। ਸੋ ਪਹਿਲਾਂ ਕੀ ਹੋਏਗਾ, ਪਹਿਲਾਂ ਤੁਹਾਡੀ ਜ਼ਬਾਨ ਦਾ ਸਵਾਦ ਬਦਲੇਗਾ, ਅਤੇ ਤੁਸੀਂ ਹੌਲੀ 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 ਬਿਹਤਰ ਫੀਲ ਕਰੋਗੇ। ਫੀਲਿੰਗ ਜਿਹੜੀ ਅੰਦਰ ਡਿਪਰੈਸ਼ਨ ਹੈਗੀ ਘਟੇਗੀ, ਜਿਹੜੀ ਸੈਡਨੈਸ ਹੈਗੀ ਘਟੇਗੀ। ਇਹ ਨਿਸ਼ਾਨੀਆਂ ਜਿਹੜੀਆਂ ਪਹਿਲਾਂ ਪਹਿਲਾਂ ਪ੍ਰਗਟ ਹੋਣੀਆਂ। ਅੱਗੇ ਨਿਸ਼ਾਨੀ ਜਿਹੜੀ ਹੈਗੀ ਹੈ ਸਹਿਜ ਆਨੰਦ ਦੀ, ਤਦ ਹੋਣੀ ਜਿਸਲੇ ਨਾਦ ਜਿਹੜੇ ਸਾਡੇ ਅੰਦਰ ਵੱਜ ਰਹੇ ਨੇ, ਉਹ ਨਾਦ ਜਿਹੜੇ ਅਸਲੀ ਨਾਦ ਨੇ ਉਹਨਾਂ ਤੋਂ ਪਹਿਲਾਂ ਵੈਸੇ ਹੀ ਸਾਊਂਡਸ ਹੁੰਦੀਆਂ। ਨਾਦ ਦੀ ਨਿਸ਼ਾਨੀ ਹੈ ਕਿ ਨਾਦ ਜਿਹੜਾ ਹੈਗਾ ਜੇ ਪ੍ਰਗਟ ਹੋਏਗਾ ਤੁਹਾਡੇ ਅੰਦਰ, ਸੂਦਿੰਗ ਹੋਏਗਾ, ਤਕਲੀਫਾਂ ਦੂਰ ਹੋਣਗੀਆਂ ਰੈਪਿਡਲੀ। ਸ਼ੀਤਲਤਾ, ਠੰਡਕ, ਇਹ ਨਹੀਂ ਕਿ ਠੰਡ ਜ਼ਿਆਦਾ ਲੱਗੇਗੀ ਸਰਦੀਆਂ, ਨਹੀਂ, ਠੰਡ ਥੋੜ੍ਹੀ ਦੂਰ ਹੋਏਗੀ ਲੇਕਿਨ ਮਨ ਠੰਡਾ ਹੋਏਗਾ, ਸਰੀਰ 'ਤੇ ਉਲਟਾ ਅਸਰ ਹੋਏਗਾ। ਸਰੀਰ 'ਤੇ ਠੰਡ ਲੱਗ ਰਹੀ ਉਹ ਦੂਰ ਹੋ ਜਾਏਗੀ, ਮਨ ਠੰਡਾ ਹੋ ਜਾਏਗਾ, ਮਨ ਠੰਡਾ ਠਾਰ ਹੋ ਜਾਏਗਾ। ਉਹ ਫਿਰ ਜਿਸ ਵੇਲੇ ਸੁਣਨਾ ਤੁਹਾਡਾ ਵਧੀਆ ਹੋ ਗਿਆ, ਤਨਾਅ ਸਾਡੇ ਅੰਦਰ ਵੱਜ ਹੀ ਰਹੇ ਨੇ, ਪੰਜ ਸ਼ਬਦ ਨੇ, ਜੇ ਇੱਕ ਸ਼ਬਦ ਦਾ ਵੀ ਤੁਹਾਡੀ ਐਕਸੈਸ ਹੋ ਗਈ ਔਰ ਤੁਸੀਂ ਤੁਹਾਡਾ ਜੀਵਨ ਸੁਖੀ ਹੋ ਜਾਏਗਾ। ਸਹਿਜ ਆਨੰਦ ਦੀ ਪ੍ਰਾਪਤੀ ਤਦ ਹੀ ਹੋਏਗੀ ਜਿਸ ਵੇਲੇ ਇਹ ਐਕਸੈਸ ਹੋਏਗੀ। ਕਿਉਂਕਿ ਰੋਗ ਨਹੀਂ ਰਹਿਣਾ, ਜਿਸ ਵੇਲੇ ਐਕਸੈਸ ਹੋ ਜਾਏਗੀ ਨਾਦ ਦੀ ਤਾਂ ਕੋਈ ਰੋਗ ਨਹੀਂ ਰਹਿਣਾ, ਆਨੰਦ ਦੀ ਪ੍ਰਾਪਤੀ ਹੋਏਗੀ। ਅਸੀਂ ਇਹ ਨਹੀਂ ਸਮਝਦੇ ਵੀ ਰਾਧਾ ਸਵਾਮੀ ਕਹਿੰਦੇ ਨਾਦ ਵੱਜਦੇ, ਵੀ ਨਾਦ ਤਾਂ ਗੁਰਬਾਣੀ 'ਚ ਇੰਨਾ ਜ਼ਿਕਰ ਆਉਂਦਾ। ਸੋ ਮੰਨ ਲੈਣਾ, ਅਗਰ ਨਹੀਂ ਸਾਡੇ ਵੱਜ ਰਹੇ ਤਾਂ ਮਤਲਬ ਸਾਡਾ ਸੁਣਨਾ ਹਾਲੇ ਸਹੀ ਨਹੀਂ ਹੋਇਆ, ਕਿਉਂ ਸੁਣਨ ਨਾਲ ਬੜੀਆਂ ਪ੍ਰਾਪਤੀਆਂ ਹੋਣੀਆਂ ਜਿਹੜੀਆਂ ਚਾਰ ਪੌੜੀਆਂ 'ਚ ਗੁਰੂ ਨਾਨਕ ਸਾਹਿਬ ਨੇ ਦੱਸੀਆਂ। ਉਹ ਪ੍ਰਾਪਤੀਆਂ ਬਹੁਤ ਉੱਚੀਆਂ ਪ੍ਰਾਪਤੀਆਂ, ਜੇ ਅਸੀਂ ਚੱਲਾਂਗੇ ਉਸ ਰਸਤੇ 'ਤੇ ਫਿਰ ਹੀ ਪ੍ਰਾਪਤੀਆਂ ਹੋਣੀਆਂ। ਤੋ ਰਸਤੇ 'ਤੇ ਚੱਲਣ ਦੀਆਂ ਪਹਿਲੀਆਂ ਨਿਸ਼ਾਨੀਆਂ ਤੁਹਾਨੂੰ ਮੈਂ ਦੱਸ ਰਿਹਾ। ਸੋ ਸੁਣਨ ਦੀ ਟੈਕਨੀਕ ਸਮਝਣੀ ਪੈਣੀ ਹੈ, ਫੋਲੋ ਕਰਨਾ ਪੈਣਾ, ਉਹਦੀ ਪ੍ਰੈਕਟਿਸ ਕਰਨੀ ਪੈਣੀ, ਅਭਿਆਸ ਕਰਨਾ ਪੈਣਾ। ਹੁਣ ਤੁਸੀਂ ਸੁਣਨਾ ਮੇਰੇ ਲੈਕਚਰ ਨੂੰ, ਉਹ ਇੱਦਾਂ ਸੁਣਨਾ ਨਹੀਂ, ਇਹ ਸੁਣਨਾ ਨਹੀਂ ਹੈਗਾ, ਉਹ ਸੁਣਨਾ ਹੈਗਾ ਪੂਰੇ ਧਿਆਨ ਨਾਲ, ਪੂਰੇ ਫੋਕਸ ਨਾਲ। ਪੂਰਾ ਫੋਕਸ ਕਰਨਾ, ਪਹਿਲਾਂ ਕੰਨਾਂ ਰਾਹੀਂ ਕਰਨਾ, ਫਿਰ ਮਨ ਰਾਹੀਂ ਕਰਨਾ। ਜਿੱਦਾਂ ਸੁਣਨਾ ਮੈਂ, ਜਿੱਦਾਂ ਪਹਿਲਾਂ ਭਾਵ ਦੱਸਿਆ, ਚਾਓ ਦੱਸਿਆ, ਹੁਣ ਇੱਕ ਹੋਰ ਜਿਹੜਾ ਦੱਸ ਰਿਹਾ ਤੁਹਾਨੂੰ, ਉਹ ਦੱਸ ਰਿਹਾ ਸੁਣਨਾ। ਸੁਣਨਾ ਕਿੱਦਾਂ, ਮੈਂ ਬੋਲਣ ਤੋਂ ਪਹਿਲਾਂ ਆਪਣੇ ਦੋਵਾਂ ਕੰਨਾਂ ਵੱਲ ਧਿਆਨ ਲਿਜਾਣਾ, ਦੋਵਾਂ ਕੰਨਾਂ ਨੂੰ ਸੁਣਨ ਦਾ ਫੋਕਸ ਬਣਾਉਣਾ, ਫਿਰ ਮੁੜ ਕੇ ਰਿਪੀਟ ਕਰ ਰਿਹਾ ਕਿ ਨਾਮ ਬੋਲਣ ਤੋਂ ਪਹਿਲਾਂ ਮੈਂ ਅੱਖਾਂ ਮੀਟਣੀਆਂ ਆਪਣੀਆਂ, ਅੱਖਾਂ ਮੀਟ ਕੇ ਦੋਵਾਂ ਕੰਨਾਂ ਵੱਲ ਧਿਆਨ ਰੱਖ ਕੇ ਦੋਵਾਂ ਕੰਨਾਂ ਨੂੰ ਸੁਣਨ ਦੇ ਮੋਡ ਵਿੱਚ ਲਿਆਉਣਾ।
ਤੇ ਫਿਰ ਬੋਲਣਾ ਸੋ ਇਹ ਜਿਹੜਾ ਸੁਣਨਾ ਹੈਗਾ ਇਹ ਆਰਡੀਨਰੀ ਸੁਣਨਾ ਨਹੀਂ ਜਿੱਦਾਂ ਮੈਂ ਲੈਕਚਰ ਦੇ ਰਿਹਾ ਤੁਸੀਂ ਸੁਣ ਰਹੇ ਹੈ ਤੁਹਾਡਾ ਅੱਧਾ ਧਿਆਨ ਵਿੱਚ ਹੈਗਾ ਅੱਧਾ ਧਿਆਨ ਕਿਧਰੇ ਹੋਰ ਉਹ ਪੂਰਨ ਧਿਆਨ ਨਾਲ ਦੋਵਾਂ ਕੰਨਾਂ ਦਾ ਪੂਰਨ ਧਿਆਨ ਬਣਾਉਣਾ ਆਪਣੀ ਆਵਾਜ਼ ਨੂੰ ਸੁਣਨ ਵਾਸਤੇ ਮੈਂ ਫਿਰ ਰਿਪੀਟ ਕਰ ਰਿਹਾ ਦੋਵਾਂ ਕੰਨਾਂ ਦਾ ਫੋਕਸ ਬਣਾਉਣਾ ਕੀ ਫੋਕਸ ਬਣਾਉਣਾ ਆਪਣੀ ਆਵਾਜ਼ ਨੂੰ ਸੁਣਨ ਵਾਸਤੇ ਫਿਰ ਬੋਲਣਾ ਤੇ ਜੇ ਇੱਦਾਂ ਕਰ ਲਓਗੇ ਫਿਰ ਸੁਣਿਆ ਦੋਖ ਪਾਪ ਕਾ ਤੁਸੀਂ ਆਪ ਹੀ ਰਿਅਲਾਈਜ਼ ਕਰ ਲਓਗੇ ਪਰਮੇਸ਼ੁਰ ਨੂੰ ਰਸਤਾ ਕਿਹੜਾ ਹੈ ਪਰਮੇਸ਼ੁਰ ਨੂੰ ਰਸਤਾ ਸਾਡੀ ਸਾਊਂਡ ਦਾ ਰਸਤਾ ਹੈ ਪਰਮੇਸ਼ੁਰ ਆਪ ਕੀ ਹੈ ਪਰਮੇਸ਼ੁਰ ਆਪ ਲਾਈਟ ਹੈ ਅਤੇ ਅਨਦਨਾਦ ਹੈ ਪਰਮੇਸ਼ੁਰ ਸੋ ਪਰਮੇਸ਼ੁਰ ਪ੍ਰਕਾਸ਼ ਰੂਪ ਹੈ ਪਰਮੇਸ਼ੁਰ ਅਨਦ ਨਾਦ ਰੂਪ ਹੈ ਅਤੇ ਪਰਮੇਸ਼ੁਰ ਕੋਲ ਪਹੁੰਚਣ ਦਾ ਰਸਤਾ ਕੀ ਹੈ ਸਾਊਂਡ ਦਾ ਰਸਤਾ ਸਾਊਂਡ ਬਾਹਰਲੀ ਸਾਊਂਡ ਨਹੀਂ ਸਾਡੀ ਆਪਣੀ ਅੰਦਰਲੀ ਸਾਊਂਡ ਦਾ ਰਸਤਾ ਕਿੱਥੇ ਪਰਮੇਸ਼ੁਰ ਹੈਗਾ ਸਾਡੇ ਚਿੱਤ ਵਿੱਚ ਪਰਮੇਸ਼ੁਰ ਹੈਗਾ ਸਾਡੇ ਚਿੱਤ ਤੱਕ ਸਾਡੀ ਸਾਊਂਡ ਪਹੁੰਚ ਰਹੀ ਹੈ ਅਸੀਂ ਸਾਊਂਡ ਦੇ ਨਾਲ ਜਾ ਕੇ ਉੱਥੇ ਚਿੱਤ ਤੱਕ ਪਹੁੰਚ ਸਕਦੇ ਹਾਂ ਜਿਵੇਂ ਜਿਵੇਂ ਸਾਡਾ ਸੁਣਨਾ ਬਿਹਤਰ ਹੋਏਗਾ ਤਿਵੇਂ ਤਿਵੇਂ ਤੁਸੀਂ ਰੀਅਲਾਈਜ਼ ਕਰਦੇ ਰਹੋਗੇ ਜੋ ਸੁਣਿਆ ਦੇ ਬੈਨੀਫਿਟਸ ਨੇ ਜਿਹੜੇ ਜਪਜੀ ਸਾਹਿਬ ਆਪਾਂ ਸਾਰੇ ਪੜ੍ਹਦੇ ਹਾਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਲੇਕਿਨ ਉਹ ਬੈਨੀਫਿਟਸ ਅਸੀਂ ਲੈ ਨਹੀਂ ਰਹੇ ਕਿਉਂ ਨਹੀਂ ਲੈ ਰਹੇ ਕਿਉਂਕਿ ਅਸੀਂ ਸੁਣਨ ਵੱਲ ਧਿਆਨ ਨਹੀਂ ਦਿੱਤਾ ਕਦੇ ਜੇ ਸੁਣਨ ਵੱਲ ਧਿਆਨ ਦਿਓਗੇ ਪਹਿਲਾਂ ਸੁਣਨਾ ਅਸੀਂ ਕੰਨਾਂ ਰਾਹੀਂ ਫਿਰ ਅਸੀਂ ਸੁਣਨਾ ਮਨ ਰਾਹੀਂ ਫਿਰ ਮਨ ਰਾਹੀਂ ਸੁਣਨ ਵਿੱਚ ਤਾਂ ਸਭ ਪ੍ਰਾਪਤੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਹੁਣ ਸਾਰਿਆਂ ਨੇ ਬੋਲਣਾ ਉਹ 24 ਅਸ਼ਟਪਦੀ 'ਚੋਂ ਮੈਂ ਲਿਖ ਕੇ ਲਿਆਂਦਾ ਇਹ 'ਚ 26-27 ਪ੍ਰਾਪਤੀਆਂ ਲਿਖੀਆਂ ਹੋਈਆਂ ਜਿਹੜੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਅਗਰ ਨਾਮ ਔਰ ਬਾਣੀ ਨੂੰ ਪਿਆਰ ਨਾਲ ਸੁਣੋਗੇ ਮਨ ਰਾਹੀਂ ਸੁਣੋਗੇ ਕੰਨਾਂ ਰਾਹੀਂ ਨਹੀਂ ਮਨ ਰਾਹੀਂ ਸੁਣੋਗੇ ਨੋਟ ਕਰ ਲਓ ਕੜੀ ਬੜੀ ਮਨ 'ਚ ਰੱਖੋ ਇਹ ਭੁੱਲਣਾ ਨਹੀਂ ਕਿੱਦਾਂ ਸੁਣਨਾ ਮਨ ਨਾਲ ਸੁਣਨਾ ਕਿੱਦਾਂ ਸੁਣਨਾ ਮਨ ਨਾਲ ਸੁਣਨਾ ਕਿੱਦਾਂ ਸੁਣਨਾ ਮਨ ਨਾਲ ਸੁਣਨਾ ਪਹਿਲਾਂ ਕਿੱਥੋਂ ਸ਼ੁਰੂ ਕਰਨਾ ਕੰਨਾਂ ਤੋਂ ਪਹਿਲਾਂ ਕਿੱਥੋਂ ਸ਼ੁਰੂ ਕਰਨਾ ਫਿਰ ਕਿੱਥੇ ਪਹੁੰਚਣਾ ਮਨ 'ਤੇ ਮਨ 'ਤੇ ਪਹੁੰਚ ਕੇ ਫਿਰ ਮਨ ਰਾਹੀਂ ਸੁਣਨਾ ਮੇਰੇ ਮਨ ਦੀ ਇੱਛਾ ਕਿ ਭਾਈ 1 ਲੱਖ ਸਿੱਖ ਹੋਣ ਜਿਹੜੇ ਕਹਿਣਗੇ ਸਾਡਾ ਬਿਮਾਰੀ ਦਾ ਮਸਲਾ ਖਤਮ ਹੋ ਗਿਆ ਹੋ ਨਹੀਂ ਸਕਦੇ ਹੋ ਸਕਦੇ ਅੱਜ ਜਿੰਨੀ ਇੱਥੇ ਸੰਗਤ ਬੈਠੀ ਹੈ ਜੇ ਇਹੀ ਸਮਝ ਲੈਣੇ ਇਸ ਗੱਲ ਨੂੰ ਅੱਗੇ ਪ੍ਰਚਾਰ ਕਰਨ ਤਾਂ ਗੱਲ ਬਣ ਸਕਦੀ ਹੈ ਹੁਣ ਇਹ ਪ੍ਰਾਪਤੀਆਂ ਦੇਖੋ ਜੋ ਗੁਰੂ ਅਰਜਨ ਦੇਵ ਜੀ ਨੇ ਦੱਸੀਆਂ ਸੁਖਮਨੀ ਸਾਹਿਬ ਤੁਸੀਂ ਸਾਰੇ ਹੀ ਪੜ੍ਹਦੇ ਹੋ ਜਾਂ ਧਿਆਨ ਦੇਣ ਦੀ ਲੋੜ ਹੈ 26-27 ਪ੍ਰਾਪਤੀਆਂ ਜਿਹੜੀਆਂ ਮਨ ਨਾਲ ਸੁਣੋਗੇ ਮਨ ਨਾਲ ਸੁਣਨ ਨਾਲ ਹੋਣੀਆਂ ਪ੍ਰਾਪਤੀਆਂ ਕੰਨਾਂ ਰਾਹੀਂ ਨਹੀਂ ਮਨ ਨਾਲ ਸੁਣੋਗੇ ਫਿਰ ਪ੍ਰਾਪਤੀਆਂ ਹੋਣੀਆਂ ਪਰ ਮਨ ਨਾਲ ਪਹੁੰਚਣਾ ਕਿੱਦਾਂ ਪਹਿਲਾਂ ਕੰਨਾਂ ਰਾਹੀਂ ਸੁਣੋਗੇ ਫਿਰ ਮਨ ਤੱਕ ਪਹੁੰਚੋਗੇ ਫਿਰ ਮਨ ਰਾਹੀਂ ਸੁਣੋਗੇ ਤਾਂ ਇਹ ਪ੍ਰਾਪਤੀਆਂ ਹੋਣਗੀਆਂ ਅਗਰ ਸੁਣਦੇ ਹੀ ਰਹੋਗੇ ਸਾਰਿਆਂ ਨੇ ਬੋਲਣਾ ਮੇਰੇ ਪਿੱਛੇ ਪਿੱਛੇ ਖੇਮ ਸ਼ਾਂਤ ਰਿੱਧ ਨਵ ਨਿੱਧ
ਇਹ ਪ੍ਰਾਪਤੀਆਂ ਦੱਸੀਆਂ ਜਿਹੜੀਆਂ ਹੋਣਗੀਆਂ ਤੁਹਾਨੂੰ। ਮੁੜ ਕੇ ਫਿਰ ਬੋਲੋ, ਖੇਮ ਸ਼ਾਂਤ ਰਿੱਧ ਨਵ ਨਿੱਧ। ਬੁੱਧ ਗਿਆਨ ਸਰਬ ਤੈ ਸਿੱਧ। ਹੁਣ ਇੱਥੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਗੁਰੂ ਨਾਨਕ ਸਾਹਿਬ ਨੇ ਮੈਂ ਸੁਣਿਆ ਸਿੱਧ ਪੀਰ ਸੁਰਨਾਥ, ਇੱਥੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਸਿਮਰਨ ਦੀ ਪੌੜੀ 'ਚ ਸੋਰੀ ਅਸ਼ਟਪਦੀ 'ਚ ਵੀ ਗੁਰੂ ਪ੍ਰਭ ਕਹਿ ਸਿਮਰ ਰਿੱਧ ਸਿੱਧ ਨਵ ਨਿੱਧ ਨੌ ਨਿੱਧ। ਸਾਰੀਆਂ ਸਿੱਧੀਆਂ ਪ੍ਰਾਪਤ ਹੋਣੀਆਂ ਚਾਹੀਦੀਆਂ ਗੁਰਸਿੱਖ ਨੂੰ। ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਸਾਹਿਬ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਗੁਰੂ ਅਰਜਨ ਦੇਵ ਜੀ ਕਹਿ ਰਹੇ। ਫਿਰ ਬੋਲਣਾ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਯੋਗ ਪ੍ਰਭ ਧਿਆਨ। ਧਿਆਨ ਹੀ ਸਾਰੀ ਗੱਲ, ਧਿਆਨ 'ਚੋਂ ਸਾਰੀਆਂ ਪ੍ਰਾਪਤੀਆਂ ਹੋਣੀਆਂ। ਧਿਆਨ ਉਹ ਨਹੀਂ ਕਿ ਇੱਕ ਪਲ ਧਿਆਨ ਆਇਆ ਇੱਕ ਪਲ ਗਿਆ, ਨਹੀਂ ਭਾਈ, ਧਿਆਨ ਉਹ ਹੁੰਦਾ ਜਿਹੜਾ ਅਟੁੱਟ ਹੋਏ, ਮਨ ਕਿਸੇ ਪਾਸੇ ਨਾ ਜਾਏ, ਉਹ ਧਿਆਨ ਮਿਲੇਗਾ ਸੁਣਨ ਨਾਲ। ਵਿਦਿਆ ਸਿਮਰਤੀਆਂ, ਸ਼ਾਸਤਰਾਂ, ਵੇਦਾਂ ਦੀ, ਧਾਰਮਿਕ ਗ੍ਰੰਥਾਂ ਦੀ, ਹੋਰ ਵਿੱਦਿਆ, ਯੋਗ ਦੀ, ਸਾਰੀ ਵਿੱਦਿਆ। ਇਹ ਨਹੀਂ ਮੈਨੂੰ ਪਤਾ ਕਿ ਸਾਇੰਟਿਫਿਕ ਵਿੱਦਿਆ ਵੀ ਮਿਲ ਜਾਏਗੀ, ਉਹ ਵੀ ਸ਼ਾਇਦ ਮਿਲ ਜਾਏ, ਪਰ ਇਸ ਬਾਰੇ ਪੱਕਾ ਹੈ ਨਾ ਕਿ ਸਾਰੀ ਵਿੱਦਿਆ ਜਿਹੜੀ ਆ, ਕਿਉਂਕਿ ਇਹ 'ਚ ਗੁਰਬਾਣੀ 'ਚ ਜ਼ਿਕਰ ਆਉਂਦਾ। ਹੋਰ ਸੁਣਿਆ ਸਾਸਤ ਸਿਮਰਤ ਵੇਦ, ਕਿ ਸੁਣਨ ਨਾਲ ਸਿਮਰਤੀਆਂ, ਸ਼ਾਸਤਰ, ਵੇਦਾਂ ਦੀ ਵਿੱਦਿਆ ਮਿਲ ਜਾਏਗੀ। ਸੋ ਇੱਥੇ ਹੈਗਾ ਵਿੱਦਿਆ ਤਪ ਯੋਗ ਪ੍ਰਭ ਧਿਆਨ। ਸਾਰੇ ਬੋਲੋ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਇਸ਼ਨਾਨ ਕਿਹੜਾ? ਅੰਦਰ ਸਾਡੇ ਸਰੋਵਰ ਆ, ਅੰਮ੍ਰਿਤਸਰ ਸਾਡੇ ਅੰਦਰ ਹੈ, ਉਹਦਾ ਇਸ਼ਨਾਨ, ਅੰਦਰਲੇ ਅੰਮ੍ਰਿਤਸਰ ਦਾ ਇਸ਼ਨਾਨ। ਉੱਤਮ ਮਨੁੱਖ ਅਸੀਂ ਬਣ ਜਾਵਾਂਗੇ, ਉੱਤਮ ਮਨੁੱਖ ਬਣ ਜਾਵਾਂਗੇ, ਪਰਫੈਕਟ ਇਨਸਾਨ ਬਣ ਜਾਵਾਂਗੇ, ਪਰਫੈਕਟ ਇਨਸਾਨ, ਉੱਤਮ ਮਨੁੱਖ ਬਣ ਜਾਵਾਂਗੇ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਨਿਰਲੇਪ ਹੋ ਜਾਏਗਾ, ਨਿਰਲੇਪ, ਦੁੱਖ ਸੁੱਖ ਸਮਾਨ ਹੋ ਜਾਏਗਾ, ਮਾਨ ਅਪਮਾਨ ਸਮਾਨ ਹੋ ਜਾਏਗਾ। ਜੋ ਸਮਾਨ ਵਾਲੀ ਪੌੜੀ ਹੈ ਨਾ, ਸ਼ਬਦ ਹੈਗਾ, ਉਹ ਸਾਰਾ ਉੱਤੇ ਪੂਰਾ ਉੱਤਰ ਆਏਗਾ, ਸਭ ਕੁਛ ਸਮਾਨ ਹੋ ਜਾਏਗਾ। ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ। ਹੁਣ ਜੇ ਕੋਈ ਸੁੰਦਰ ਨਹੀਂ ਨਾ ਹੈਗਾ ਤਾਂ ਸੰਤ ਨਹੀਂ ਹੈਗਾ, ਕਿਉਂਕਿ ਸੁੰਦਰਤਾ ਆ ਜਾਣੀ ਹੈ ਨਾਮ ਨਾਲ। ਜੇ ਸੁੰਦਰਤਾ ਆਈ ਨਹੀਂ ਤਾਂ ਫਿਰ ਹਾਲੇ ਪ੍ਰਾਪਤੀ ਨਹੀਂ ਹੋਈ। ਬਈ ਸੌਖਾ ਹੀ ਸੰਤ ਪਛਾਣਨਾ, ਕੋਈ ਔਖਾ ਤਾਂ ਹੈ ਨਹੀਂ ਸੰਤ ਪਛਾਣਨਾ। ਜਿਹੜਾ ਦਵਾਈਆਂ ਖਾਂਦਾ ਸੰਤ ਨਹੀਂ, ਜਿਹੜਾ ਡਾਕਟਰਾਂ ਕੋਲ ਜਾਂਦਾ ਸੰਤ ਨਹੀਂ, ਜਿਹਦੇ ਫਟੀਕ ਕੋਈ ਨਹੀਂ ਜਿਹਦੇ ਅੰਦਰ, ਕੋਈ ਬਿਮਾਰੀ ਨਹੀਂ ਜਿਹਦੇ ਅੰਦਰ, ਜਿਹਦਾ ਚਿਹਰਾ ਸ਼ਾਈਨ ਕਰਦਾ, ਲਾਲ ਗੁਲਾਰ ਗਹਿਬਰਾ ਤਿੰਨ ਰੰਗ ਆਉਣੇ ਆ। ਪੁੱਤਰ ਬਣ ਜਾਓਗੇ ਲਾਲ ਚਿਹਰਾ ਹੋ ਜਾਣਾ, ਪੁਨੀਤ ਬਣ ਜਾਓਗੇ ਗੁਲਾਲ ਹੋ ਜਾਣਾ, ਪੂਰਨ ਗੁਰਸਿੱਖ ਬਣ ਜਾਓਗੇ ਤਾਂ ਗਹਿਬਰ ਹੋਏਗਾ,
ਚਿਹਰਾ, ਅੱਖਾਂ 'ਚ ਰੌਸ਼ਨੀ ਹੋਏਗੀ, ਸਾਰੀਆਂ ਸਿੱਧੀਆਂ ਉਹਦੇ ਕੋਲ ਹੋਣਗੀਆਂ, ਅੰਤਰਜਾਮੀ ਹੋਏਗਾ। ਸੋ ਸੁੰਦਰ ਸੁੰਦਰ ਬਣ ਜਾਏਗਾ, ਪਹਿਲਾਂ ਸੁੰਦਰ ਨਹੀਂ, ਜਿਸਦੇ ਨਾਮ ਸੁਣੇਗਾ ਸੁੰਦਰ ਹੋ ਜਾਏਗਾ। ਸੁੰਦਰ ਚਤੁਰ ਤੱਤ ਕਾ ਬੇਤਾ, ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁੱਖ ਭਣੈ, ਜਿਹੜਾ ਮੂੰਹ ਨਾਲ ਬੋਲੇਗਾ। ਜਿੱਦਾਂ ਮੈਂ ਦੱਸਿਆ ਕਿੱਦਾਂ ਬੋਲਣਾ, ਮਨ 'ਚ ਪਿਆਰ ਲੈ ਕੇ ਬੋਲਣਾ, ਮਨ 'ਚ ਚਾਉ ਲੈ ਕੇ ਬੋਲਣਾ, ਕਿੱਦਾਂ ਸੁਣਨਾ, ਉਹ ਜੋ ਮੇਰਾ ਤਜਰਬਾ ਹੈ ਤੁਹਾਡੇ ਨਾਲ ਸ਼ੇਅਰ ਕੀਤਾ। ਇਹ ਸਾਰੇ ਉਹਨੂੰ ਫਲ ਮਿਲ ਜਾਣਗੇ ਜਿਹੜਾ ਗੁਰਬਾਣੀ ਦਿੱਤੀਆਂ ਵਿਧੀਆਂ ਦੇ ਮੁਤਾਬਕ ਬੋਲੇਗਾ, ਮੂੰਹ ਨਾਲ ਬੋਲੇਗਾ ਅਤੇ ਮਨ ਨਾਲ ਸੁਣੇਗਾ। ਅਗਲਾ ਫਰਮਾਨ, ਇਹ ਫਲ ਤਿਸ ਜਨ ਕੇ ਮੁੱਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਬਚਨ ਕੀ ਹੈ? ਗੁਰਬਾਣੀ ਅਤੇ ਨਾਮ। ਜਿਹੜਾ ਮਨ ਨਾਲ ਸੁਣੇਗਾ ਉਹਨੂੰ ਇਹ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ। ਹੈਵ ਨੋ ਡਾਊਟ ਅਬਾਊਟ ਇਟ ਕਿ ਨਹੀਂ ਹੋਣਗੀਆਂ, ਇਹ ਨਹੀਂ ਸੋਚਣਾ ਨਹੀਂ ਹੋਣਗੀਆਂ। ਅਸੀਂ ਸਾਰੇ ਕਹਿੰਦੇ ਨਹੀਂ, ਯਤਨ ਨਹੀਂ ਕਰਨਾ, ਪਤਾ ਨਹੀਂ ਹੋਣਾ ਕਿ ਨਹੀਂ, ਪਤਾ ਨਹੀਂ ਹੋਣਾ ਕਿ ਨਹੀਂ, ਪਤਾ ਨਹੀਂ ਹੋਣਾ ਕਿ ਨਹੀਂ। ਭਾਈ ਗੁਰੂ ਅਰਜਨ ਦੇਵ ਜੀ ਕੀ ਕਹਿ ਰਿਹਾ ਕਿ ਸਭ ਕੁਝ ਹੋਏਗਾ ਅਗਰ ਕਰੋਗੇ ਤਾਂ। ਅਸੀਂ ਦਿਲ ਢਾ ਕੇ ਕਿਉਂ ਬੈਠੇ ਹੋਏ ਹਾਂ ਕਿ ਨਹੀਂ ਜੀ ਉਹ ਉੱਚੀਆਂ ਗੱਲਾਂ, ਉਹ ਸਾਡੇ ਵੱਸ ਦੀਆਂ ਗੱਲਾਂ ਨਹੀਂ, ਉਹ ਦੂਰ ਦੀਆਂ ਗੱਲਾਂ, ਉਹ ਅਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਭਾਈ ਕਰ ਸਕਦੇ ਤੁਸੀਂ ਸਾਰੇ, ਕਿਹੜੀ ਔਖੀ ਗੱਲ ਆ। ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਮਨ ਨਾਲ ਸੁਣਨਾ। ਮੇਰਾ ਟਾਈਮ ਵੀ ਸ਼ਾਇਦ ਹੋ ਗਿਆ ਹੋਣਾ, ਲੇਕਿਨ ਦੋ ਚਾਰ ਮਿੰਟ ਪਤਾ ਨਹੀਂ ਲੱਗਦਾ ਬੋਲਿਆ ਜਿਸਲੇ ਬੋਲ ਰਿਹਾ ਹੋਵੇ ਬੰਦਾ। ਮੈਂ ਬੜੇ ਤਜਰਬੇ ਕੀਤੇ ਆ, ਮੈਨੂੰ ਸਤਿਗੁਰੂ ਜੀ ਦੀ ਮੇਲ ਪ੍ਰਾਪਤ ਹੋਈ 1975 'ਚ, 5 ਦਸੰਬਰ 1975। ਮੇਲ ਨਾਲ ਦਿਵ ਦ੍ਰਿਸ਼ਟੀ ਮਿਲ ਜਾਂਦੀ, ਸਤਿਗੁਰੂ ਮਿਲੀਏ ਦਿਵ ਦ੍ਰਿਸ਼ਟ ਹੋਏ। ਮੈਨੂੰ ਇੰਨੇ ਸਾਲ ਹੋ ਗਏ ਭਗਤੀ ਵੱਲ ਲੱਗਿਆ। ਹੁਣ ਜਿਹੜੇ ਸਾਡੇ ਪ੍ਰਚਲਿਤ ਮੈਥਡਸ ਨੇ ਸਿੱਖਾਂ ਦੇ ਭਗਤੀ ਦੇ, ਉਹ ਮੈਂ ਕਈ ਵਾਰ ਸੋਚਿਆ ਕਿ ਮੈਂ ਵੀ ਕਰਕੇ ਦੇਖਾਂ। ਸ਼ਾਇਦ ਜੋ ਮੈਂ ਕਰਦਾ ਉਹ ਗਲਤ ਹੈਗਾ। ਸੋ ਤਕਰੀਬਨ ਜਿੰਨੇ ਕੁ ਮੈਥਡ ਪ੍ਰਚਲਿਤ ਨੇ ਸਿੱਖ ਜਗਤ ਵਿੱਚ, ਮੈਂ ਸਾਰੇ ਟਰਾਈ ਕੀਤੇ। ਅਲਟੀਮੇਟਲੀ ਨਤੀਜਾ ਇਹ ਨਿਕਲਿਆ ਕਿ ਜੋ ਗੁਰਬਾਣੀ 'ਚ ਲਿਖਿਆ ਹੈ ਉੱਦਾਂ ਹੀ ਕਰਨਾ ਚਾਹੀਦਾ। ਹੁਣ ਜਿਹੜੀ ਸਵਾਸਾਂ ਦੀ ਕਿਰਿਆ, ਤੁਹਾਨੂੰ ਮੈਂ ਦੱਸਦਾ ਕੀ ਹੁੰਦਾ ਉਹਦੇ ਨਾਲ, ਕਿ ਤੁਸੀਂ ਇੱਥੋਂ ਧਿਆਨ ਇੱਥੇ ਕਰਕੇ ਵਾਹਿਗੁਰੂ ਬੋਲਦੇ ਹਾਂ, ਠੀਕ ਹੈ ਨਾ, ਅਤੇ ਸਵਾਸਾਂ ਨੂੰ ਉੱਪਰ ਲਿਜਾਂਦੇ। ਇੱਕ ਵਾਰ ਵਾਹਿਗੁਰੂ ਬੋਲਿਆ, ਫਿਰ ਗੁਰੂ ਬੋਲਿਆ, ਇਹ ਮੈਂ ਕਰਕੇ ਦੇਖਿਆ ਕੀ ਹੁੰਦਾ, ਇਹਦਾ ਫਰਕ ਕੀ ਹੈਗਾ। ਫਿਰ ਮਨ 'ਤੇ ਧਿਆਨ ਫੋਕਸ ਨਹੀਂ ਰਹਿੰਦਾ, ਅਸੀਂ ਫੋਕਸ ਕਿੱਥੇ ਰੱਖਣਾ, ਮਨ 'ਤੇ ਰੱਖਣਾ। ਸੋ ਪਹਿਲਾਂ ਸ਼ੁਰੂ ਕਿੱਥੋਂ ਕਰਨਾ, ਅੱਗੇ ਅਖੀਰ 'ਤੇ ਤੁਸੀਂ ਪਹੁੰਚ ਜਾਓਗੇ ਕਿ ਇੱਥੋਂ ਵੀ ਚੱਕ ਕੇ ਉੱਪਰ ਤੱਕ ਪਹੁੰਚ ਜਾਓਗੇ, ਪਰ ਪਹਿਲਾਂ ਫੋਕਸ ਜਿਹੜਾ ਹੈਗਾ ਇਹ 5 ਸੈਂਸ ਔਰਗਨਸ 'ਤੇ ਰੱਖਣਾ। ਪੰਜ ਸੈਂਸ ਔਰਗਨਸ ਵਿੱਚ ਅਸੀਂ ਕੋਸ਼ਿਸ਼ ਕਰਨੀ ਇਹਨਾਂ 'ਤੇ ਫੋਕਸ ਰੱਖੀਏ। 5 ਸੈਂਸ ਔਰਗਨਸ ਕਿਹੜੀਆਂ? ਬੋਲਣਾ, ਸੁਣਨਾ, ਵੇਖਣਾ, ਫੀਲ ਕਰਨਾ,
चार हो गई पंजवी कड़ी रह गई सुंगना पांच है ना पांच साढ़े सेंस ऑर्गन्स ने इन राही अगर पंजाज नाम पै गए तो सारा कुछ हो गया पांच सखी मिल मंगल गाए अरद बाणी नाद बजाए पांच सखियां च नाम नू पाता तो सब प्राप्तियां हो गई सो तुसी फोकस जिहड़ा इस पोर्शन च उपरले पोर्शन च करना जिसले मन राही नाम मन च वसिया तो अपने आप ही हिरदे च वस जाना जिसे मन खड़ा हो गया नाम नाल ते सास ग्रास नाम थोड़ा अपने आप ही हो ही जाना जे तुसी फोकस किधरे होर रख लोगे तो मन ते फोकस नहीं रहेगा पूरा मेरी हंबल राय विच यही एक रीज़न है कि असी सिख गुरमत भगती किसे स्टेज ते भुल गए हैं जे ना भुले होंगे जे मैं राजी होया हार्ट एनलार्जमेंट तो अनेक सिखा ने राजी हो अनेक ने मैं तो पता भी नहीं सी उदो गुरमत भगती की होंगी है हूँ तो खैर स्टडी की सारा देखा मैथड ट्राई किए 50-60 मैथड्स ने गुरमत भगती के मैं ट्राई किए अल्टीमेटली इतने नतीजे पहुंचा जो गुरु साहब कह गए भाई उ करना चाहिए सो मन नाल सुनना है मन नाल बोलना है मन नाल सुनना है अगर मन नाल शब्द बोलिया गया अपने आप हिरदे च भी बोलिया जाना अगर मन नाल मन ते फोकस ना किया कदे भी हिरदे तक नहीं पहुंच होना ये पक्का निश्चय कर लो अगले सोचते हैं कि लो जी इतने ध्यान किया तो हिरदे तक पहुँच गए नहीं हिरदे तद पहुँचने चित्त विच पहुँचोगे फिर हिरदे च पहुँचने सो असी फोकस जिहड़ा पांच जिहड़ी सेंस ऑर्गन से इन्हां ते करना क्योंकि मन ते फोकस तद होएगा जे मेरा ध्यान उपर होएगा मन ते मन च प्यार लिया मन च चाव लिया मन नहीं सुनना है मन नहीं बोलना है ये असूल चार जड़े दसे आ ये पल्ले बन लैन कि मन नाल बोलना मन नाल सुनना मन च चाव लिया मन च प्यार लिया फिर सब कुछ सब प्राप्तियां हो जाएगियां और सारे वीरां भैणां ने दुख के मसले वास्ते तुसीं आए हैं सारे दुख सहजे ही चले जाएंगे सारियां तकलीफां दूर हो जाएंगी सारियां तकलीफां दूर हो कोई तकलीफ नहीं रहेगी कलियां थोड़ियां नहीं दूर होणगियां केती छुट्टी नाल पता नहीं किन्ने अग दियां तकलीफां तुसीं दूर करोगे संधि एक भी निशानी है कि संति आवाज सुनदियां ही थोड़ी तकलीफ दूर होनी चाहिए गुरु नानक साहब जाते थे थां थां ते इह तां लोक पिंड वाले नूं कहिंदे सी जां उत्थे इश्तिहार लगदे सी पिंड विच कि पीर फकीर आ रहा है हुंदा की सी जाके बाहर बैठ जाते बराज हो जाते ते शब्द गाते सी जिहड़ा वीर पैण लग गए जो लंघदा सी उहदियां दर्दां ठीक हो गई तो दुख ठीक हो गया जाके पिंड च रौला पाउंदा सी कि इत्थे फकीर आए आ मैं उहनां दी आवाज़ सुनी आ मेरी तकलीफां दूर हो गई सो संत दी भी निशानी आ कि दर्स परस सुख होए उन्हां दे छून नाल उन्हां दे परसन नाल थोड़ी तकलीफ दूर होनी चाहिए है उन्हां दे दर्शन नाल थोड़ी तकलीफ दूर होनी चाहिए उस वेले इंस्टेंटली दूर होनी चाहिए है माड़ी मोटी तकलीफ जे दर्द हो रही है घटनी चाहिए है जे फीवर चढ़े है उहदी आवाज़ सुनते हैं थोड़ा फीवर नष्ट होना चाहिए ये संत दी निशानी है ये तुसीं बन सकते आप ही किदां बन सकते गुरु की सिक्ख्या से चल के ये सवाल के बन सकते या नहीं ये कदे नहीं करना ये सोचना कि अं बन सकते हैं
ਅਸੀਂ ਕੋਈ ਵੀ ਗੋਲ ਰੱਖਣਾ ਜੇ ਪਹਿਲੇ ਸੋਚ ਲਾਂਗੇ ਵੀ ਇਹ ਨਹੀਂ ਅਸੀਂ ਨਹੀਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਫਿਰ ਨਹੀਂ ਹੋਣਾ ਜੇ ਪਹਿਲਾਂ ਸੋਚੋ ਮੇਰਾ ਇੱਥੇ ਆਉਣਾ ਅੱਜ ਦਾ ਸਫਲ ਹੈ ਜੇ ਤੁਸੀਂ ਮਨ 'ਚ ਫੈਸਲਾ ਕਰ ਲਿਆ ਕਿ ਅਸੀਂ ਅਵਸ਼ ਕਾਮਯਾਬ ਹੋਣਾ ਗੁਰੂ ਦੀ ਸਿੱਖਿਆ ਦੇ ਚੱਲ ਕੇ ਪੂਰੇ ਕਾਮਯਾਬ ਹੋਣਾ ਅਸੀਂ ਸਾਡੇ ਫੇਲ ਹੋਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਇੱਦਾਂ ਸੋਚ ਕੇ ਜਾਣਾ ਸੋ ਅੱਜ ਮੈਂ ਸ਼ਾਇਦ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਹੋਣੀਆਂ ਖਿਮਾ ਕਰਨਾ ਜੇ ਕਿਸੇ ਨੂੰ ਮੇਰੇ ਖਿਆਲ ਪਸੰਦ ਨਾ ਆਏ ਹੋਣਗੇ ਕਿਉਂਕਿ ਮੇਰੇ ਖਿਆਲ ਜਿਹੜੇ ਡਿਫਰੈਂਟ ਹੈਗੇ ਕਿਉਂਕਿ ਮੈਂ ਆਪ ਭਗਤੀ ਮਾਰਗ 'ਤੇ ਭਗਤ ਕੌਣ ਹੁੰਦਾ ਜਿਹਨੂੰ ਦਿਵ ਦ੍ਰਿਸ਼ਟੀ ਮਿਲ ਜਾਏ ਅਦ੍ਰਿਸ਼ਟ ਦਿਸੇ ਤਾਂ ਕਿਹਾ ਜਾਏ ਗੁਰਬਾਣੀ ਕਹਿ ਰਹੀ ਆ ਕਿ ਜਦੋਂ ਪਰਮੇਸ਼ੁਰ ਅਦ੍ਰਿਸ਼ਟ ਹੈ ਜਿਹਨੂੰ ਦਿਸਣ ਲੱਗ ਜਾਂਦਾ ਉਹਨੂੰ ਹੀ ਭਗਤੀ ਦਾ ਮਾਰਗ ਦਾ ਪਤਾ ਚੱਲਦਾ ਸੋ ਮੇਰੇ ਸਾਰੇ ਖਿਆਲ ਸ਼ਾਇਦ ਜਿਹੜੇ ਪ੍ਰਚਲਿਤ ਖਿਆਲਾਂ ਤੋਂ ਉਹਨਾਂ ਦੇ ਅਨੁਸਾਰ ਨਹੀਂ ਹੋਣੇ ਅਤੇ ਮੇਰਾ ਫਰਜ਼ ਵੀ ਬਣਦਾ ਹੈ ਕਿ ਜੋ ਮੈਨੂੰ ਸਮਝ ਲੱਗੀ ਸਾਰਿਆਂ ਨੂੰ ਸ਼ੇਅਰ ਕਰਾਂ ਡਰਦੇ ਮਾਰੇ ਜੇ ਮੈਂ ਸੋਚਾਂ ਕਿ ਮੇਰਾ ਅਪਮਾਨ ਹੋ ਜਾਏਗਾ ਮੇਰੀ ਨਿੰਦਾ ਹੋ ਜਾਏਗੀ ਹੋਣ ਦੇ ਮੈਨੂੰ ਕੋਈ ਡਰ ਨਹੀਂ ਲੱਗਦਾ ਨਿੰਦਾ ਦਾ ਨਾ ਹੀ ਮੈਨੂੰ ਸ਼ੋਭਾ ਚਾਹੀਦੀ ਹੈ ਇਸ ਵਾਸਤੇ ਮੈਂ ਨਿਤਾੜੇ ਹੁਕਮ ਹੋ ਕੇ ਆਪਣੇ ਵਿਚਾਰ ਦਿੰਦਾ ਆਇਆ 1983 ਤੋਂ ਮੈਂ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਂਪ ਲਵਾਏ ਸੀਗੇ ਰਕਾਬਗੰਜ ਗੁਰਦੁਆਰੇ 'ਚ ਉੱਥੇ ਮੈਂ ਕਿਹਾ ਸੀ ਕਿ ਮੈਂ ਕਿਹਾ ਇਸ ਸਟੇਜ ਤੋਂ ਗੁਰੂ ਹਰਕ੍ਰਿਸ਼ਨ ਦੀ ਬਿਮਾਰੀ ਬਾਰੇ ਕੋਈ ਨਹੀਂ ਕਹੇਗਾ ਇਹ ਸਾਖੀ ਜਿਹੜੀ ਨਹੀਂ ਸੁਣਾਈ ਜਾਏਗੀ ਤੁਸੀਂ ਬਈ 4-5 ਘੰਟੇ ਚਾਹੋ ਭਗਤੀ ਕਰਕੇ ਦੇਖੋ ਜੇ ਤੁਹਾਡਾ ਰੋਗ ਰਹਿ ਜਾਏਗਾ ਫਿਰ ਤੁਸੀਂ ਮੇਰੇ ਵਾਂਗੂ ਕਹੋਗੇ ਕਿ ਗੁਰੂ ਹਰਕ੍ਰਿਸ਼ਨ ਜੀ ਦੀ ਬਿਮਾਰੀ ਦਾ ਸਵਾਲ ਪੈਦਾ ਨਹੀਂ ਹੁੰਦਾ ਅਤੇ ਜੇ ਤੁਸੀਂ ਭਗਤੀ ਨਾ ਕੀਤੀ ਫਿਰ ਤੁਸੀਂ ਸੰਤਾਂ ਦੀਆਂ ਗੱਲਾਂ 'ਚ ਆ ਜਾਣਾ ਹਾਂਜੀ ਇਹ ਰੋਗ ਤਾਂ ਸਰੀਰ ਨੂੰ ਲੱਗਦੇ ਜੀ ਅਸੀਂ ਸਰੀਰ ਤੋਂ ਉੱਚੇ ਉੱਠ ਗਏ ਇਹ ਗੱਲਾਂ ਸੁਣ ਸੁਣ ਕੇ ਤੁਸੀਂ ਮੰਨੀ ਜਾਣੀਆਂ ਜੇ ਤੁਸੀਂ ਆਪ ਭਗਤੀ ਕਰੋਗੇ ਨਹੀਂ ਮੰਨੋਗੇ ਮੈਂ ਨਹੀਂ ਮੰਨਦਾ ਇਹ ਗੱਲ ਕਿ ਸਰੀਰ ਵੱਖਰਾ ਅਤੇ ਆਤਮਾ ਵੱਖਰੀ ਹੈ ਜੀ ਉਹ ਸਰੀਰ ਨੂੰ ਰੋਗ ਲੱਗਦੇ ਆਤਮਾ ਨੂੰ ਰੋਗ ਨਹੀਂ ਲੱਗਦਾ ਵੀ ਆਤਮਾ ਨੂੰ ਰੋਗ ਤਾਂ ਲੱਗਦਾ ਨਹੀਂ ਪੱਕੀ ਗੱਲ ਹੈ ਪਰ ਸਰੀਰ ਦੇ ਵਿੱਚ ਹੀ ਆਤਮਾ ਹੈ ਨਾ ਕੀ ਸਰੀਰ ਰੋਗੀ ਹੋਏਗਾ ਇੱਕ ਗੱਲ ਹੋਰ ਵੀ ਮੈਂ ਕਹਿਣੀ ਜੋ ਧਿਆਨ ਦੀ ਅਵਸਥਾ ਪ੍ਰਾਪਤ ਤਦ ਹੋਣੀ ਜਿਸ ਵੇਲੇ ਤੁਹਾਡਾ ਸਰੀਰ ਅਰੋਗ ਹੋ ਜਾਏਗਾ ਅਟੁੱਟ ਧਿਆਨ ਦੀ ਜੇ ਤੁਹਾਡੇ ਦਰਦਾਂ ਹੋ ਰਹੀਆਂ ਚਲੋ 2 ਮਿੰਟ ਵਾਸਤੇ ਦਰਦਾਂ ਦਾ ਤੁਸੀਂ ਮਨ ਦੂਰ ਕਰਕੇ ਕਰ ਲਿਆ 2-4 ਮਿੰਟ ਵਾਸਤੇ 5 ਮਿੰਟ ਵਾਸਤੇ 10 ਮਿੰਟ ਵਾਸਤੇ ਫਿਰ ਦਰਦਾਂ ਵੱਲ ਧਿਆਨ ਜਾਣਾ ਹੀ ਜਾਣਾ ਜੇ ਤੁਸੀਂ ਬੈਠ ਹੀ ਨਹੀਂ ਸਕਦੇ ਗੋਡਿਆਂ 'ਚ ਦਰਦ ਹੁੰਦੀ ਕਿੰਨੀ ਕੁ ਦੇਰ ਬੈਠ ਜਾਓਗੇ ਅਤੇ ਜੇ ਤੁਸੀਂ ਚਾਹੋ ਭਗਤੀ ਕਰੋਗੇ ਭਾਓ ਭਗਤੀ ਕਰੋਗੇ ਆਪ ਹੀ ਮੇਰੇ ਵਾਂਗੂ ਕਹੋਗੇ ਮੈਂ ਚਾਹੁੰਦਾ ਕਿ 1-2 ਲੱਖ ਸਿੱਖ ਐਸੇ ਹੋ ਜਾਣ ਜਿਹੜੇ ਕਹਿਣਗੇ ਭਾਈ ਗੁਰੂ ਹਰਕ੍ਰਿਸ਼ਨ ਦੀ ਬਿਮਾਰੀ ਦਾ ਸਵਾਲ ਪੈਦਾ ਨਹੀਂ ਹੁੰਦਾ ਇਹ ਕਹਾਣੀ ਗੁਰੂ ਘਰ ਦੇ ਦੋਖੀਆਂ ਨੇ ਘੜੀ ਹੈ ਦੋਖੀਆਂ ਨੇ ਘੜੀ ਔਰ ਸਿੱਖਾਂ ਨੇ ਮੰਨ ਲਈ ਸਿੱਖਾਂ ਦਾ ਹੀ ਕੀ ਕਸੂਰ ਹੈ ਕਿ ਜਿਹੜੀ ਕਸੂਰ ਇਹ ਕਿ ਜਿਹੜੇ ਦੋਖੀਆਂ ਨੇ ਕਹਾਣੀ ਘੜੀ ਉਹ ਸਿੱਖਾਂ ਨੇ ਮੰਨ ਲਈ ਉੱਥੇ ਮੈਨੂੰ ਵਾਅਦਾ ਕੀਤਾ ਸੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿ ਵੀ ਅਸੀਂ ਇਹ ਸਾਖੀ ਨਹੀਂ ਅੱਗੇ ਇਸ ਸਟੇਜ 'ਚ ਕਹਿ ਦਿਆਂਗੇ ਸਾਰੇ ਕਥਾਕਾਰਾਂ ਨੂੰ ਕਿ ਸਾਖੀ ਨਹੀਂ ਸੁਣਾਉਣੀ ਪਤਾ ਨਹੀਂ ਉਦੋਂ ਬਾਅਦ ਕੀ ਹੋਇਆ ਸੁਣਾਈ ਜਾਂਦੀ ਮੈਨੂੰ ਲੱਗਦਾ ਸੁਣਾਈ ਜਾਂਦੀ ਹੋਣੀ ਆ ਕਿਉਂਕਿ ਕੋਈ ਕਥਾਕਾਰ ਮੇਰੀ ਗੱਲ ਨੂੰ ਮੰਨਦਾ ਹੀ ਨਹੀਂ ਜਦ ਮੇਰੀ ਗੱਲ ਨੂੰ ਨਹੀਂ ਮੰਨਦੇ ਮੈਨੂੰ ਕਹਿੰਦੇ ਲੈ ਹਿਸਟਰੀ 'ਚ ਲਿਖਿਆ ਸਾਖੀਆਂ 'ਚ ਲਿਖਿਆ ਤੁਸੀਂ ਕੌਣ ਹੁੰਦੇ ਮੈਂ ਕਿਹਾ ਮੈਂ ਤਾਂ ਕੋਈ ਨਹੀਂ ਹੈਗਾ ਮੇਰਾ ਤਜਰਬਾ ਕਹਿੰਦਾ ਔਰ ਜੇ ਤੁਸੀਂ ਪਾਓ ਭਗਤੀ ਕਰੋਗੇ ਚਾਹੋ ਭਗਤੀ ਕਰੋਗੇ ਤੁਹਾਡਾ ਤਜਰਬਾ ਵੀ ਇਹੀ ਕਹੇਗਾ ਸੋ ਇਹਨਾਂ ਭੁੱਲ ਚੁੱਕ ਦੀ ਖਿਮਾ ਮੰਗਦੇ ਹੋਏ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ